प्यारे बच्चों नूं उन्हां दे टीचर्स नूं अते पेरेंट्स नूं मेरे वल्लों सति श्री अकाल जी। वेलकम टू ऑल स्टूडेंट्स पेरेंट्स एंड टीचर्स। मेरा नाम जसबीर सिंह संधू है। मैं एजुकेशन डिपार्टमेंट दे विच एज ए टीचर कम करदा हां। सो अज मैं बच्चों नाल अपने स्टूडेंट्स नाल ये डिस्कस करन जा रहा बई इंटरनेट की वरतों करते समय आपां नूं कीड़ियां गल्लां ध्यान रखना चाहिए है। साइबर सेफ्टी बारे तुहाडे नाल डिस्कस करांगे। अज दे युग दे विच कंप्यूटर दी इंटरनेट दी इन्हां दी बहुत ज़्यादा इंपोर्टेंस है। पर्टिकुलरली जदों तो कोविड-19 पेंडेमिक स्टार्ट होया उदों तो बाद बच्चों नूं अपना सारा होमवर्क अपनी असाइनमेंट्स अपने जो टेस्ट ने वो सारे ऑनलाइन करने पैंदे ने, जिहदे करके बच्चों नूं बहुत देर तक इंटरनेट की वरतों करनी पैंदी है, बहुत देर तक मोबाइल फोन की पीसी की वरतों करनी पैंदी है। सो ये सारा काम करते हुए बच्चों नूं कीहड़ियां गल्लां ध्यान रखना चाहिए है, ਕਿਹੜੇ ਕਿਹੜੇ ਤਰ੍ਹਾਂ ਦੇ ਆਪਾਂ ਨੂੰ ਖਤਰੇ ਜਾਂ ਆਪਾਂ ਨੂੰ ਨੁਕਸਾਨ ਹੋ ਸਕਦੇ ਨੇ, ਇਹ ਸਾਰੀਆਂ ਗੱਲਾਂ ਬਾਰੇ ਬੱਚਿਓ ਤੁਹਾਡੇ ਨਾਲ ਮੈਂ ਡਿਸਕਸ ਕਰੂੰਗਾ ਵਨ ਬਾਈ ਵਨ। ਸੋ ਅੱਜ ਦੇ ਜੋ ਟੌਪਿਕ ਨੇ ਜੋ ਮੈਂ ਤੁਹਾਡੇ ਨਾਲ ਡਿਸਕਸ ਕਰਨ ਜਾ ਰਿਹਾ ਉਹਦੇ ਵਿੱਚ ਸਭ ਤੋਂ ਪਹਿਲਾਂ ਬੱਚਿਓ ਤੁਹਾਨੂੰ ਡਿਜੀਟਲ ਵਰਲਡ ਕੀ ਹੈ ਜਾਂ ਆਪਾਂ ਇੰਟਰਨੈਟ ਕਿਹਨੂੰ ਕਹਿ ਰਹੇ ਹਾਂ ਇਹਦੇ ਬਾਰੇ ਥੋੜ੍ਹੀ ਜਿਹੀ ਬਰੀਫ ਦੇ ਵਿੱਚ ਇੰਟਰੋਡਕਸ਼ਨ ਹੋਏਗੀ। ਫਿਰ ਆਪਾਂ ਇੰਟਰਨੈਟ ਦੀ ਕੀ ਇੰਪੋਰਟੈਂਸ ਹੈ ਪਰਟੀਕੁਲਰਲੀ ਸਟੂਡੈਂਟਸ ਲਾਈਫ ਦੇ ਵਿੱਚ ਇਹਦੇ ਬਾਰੇ ਆਪਾਂ ਡਿਸਕਸ ਕਰਾਂਗੇ। ਫਿਰ ਆਪਾਂ ਡਿਸਕਸ ਕਰਾਂਗੇ ਵੀ ਕਿਸ ਤਰ੍ਹਾਂ ਦੇ ਖਤਰੇ ਜਾਂ ਕਿਸ ਤਰ੍ਹਾਂ ਦੇ ਨੁਕਸਾਨ ਆਪਾਂ ਨੂੰ ਇੰਟਰਨੈਟ ਤੋਂ ਜਾਂ ਇਸ ਜੋ ਡਿਜੀਟਲ ਆਪਣੇ ਡਿਵਾਈਸਿਸ ਨੇ ਉਹਨਾਂ ਤੋਂ ਕਿਸ ਤਰ੍ਹਾਂ ਦੇ ਖਤਰੇ ਹੋ ਸਕਦੇ ਨੇ। ਫਿਰ ਆਪਾਂ ਡਿਸਕਸ ਕਰਾਂਗੇ ਵੀ ਅੱਜ ਕੱਲ੍ਹ ਇੰਟਰਨੈਟ ਤੇ ਜਾਂ ਆਨਲਾਈਨ ਕਿਸ ਤਰ੍ਹਾਂ ਦੇ ਫਰੌਡਸ ਚੱਲ ਰਹੇ ਨੇ, ਕਿਹੜੀਆਂ ਗੱਲਾਂ ਤੋਂ ਆਪਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਫਿਰ ਆਪਾਂ ਅੱਗੇ ਡਿਸਕਸ ਕਰਾਂਗੇ ਵੀ ਇਹ ਸਾਰੇ ਖਤਰਿਆਂ ਤੋਂ ਬਚਣ ਲਈ ਆਪਾਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ, ਕੀ ਸੇਫਟੀ ਮੈਜ਼ਰ ਲੈਣੇ ਚਾਹੀਦੇ ਨੇ। ਐਂਡ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਕਿ ਅਗਰ ਕਿਸੇ ਤਰ੍ਹਾਂ ਦਾ ਕੋਈ ਆਪਾਂ ਨੂੰ ਲੱਗਦਾ ਸਾਡਾ ਡਿਵਾਈਸ ਸਾਈਬਰ ਅਟੈਕ ਤੇ ਆ ਜਾਂ ਆਪਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਇੰਟਰਨੈਟ ਤੋਂ ਕੋਈ ਨੁਕਸਾਨ ਮਹਿਸੂਸ ਹੋ ਰਿਹਾ ਤਾਂ ਆਪਾਂ ਨੂੰ ਕੀ ਕਰਨਾ ਚਾਹੀਦਾ। ਸੋ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਇਹ ਵਨ ਬਾਈ ਵਨ ਟੌਪਿਕ ਡਿਸਕਸ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਡਿਜੀਟਲ ਵਰਲਡ। ਬੇਸਿਕਲੀ ਡਿਜੀਟਲ ਵਰਲਡ ਹੈ ਕੀ? ਬੇਟਾ ਜਿੰਨੇ ਆਪਾਂ ਪੀਸੀ ਮੋਬਾਈਲ ਫੋਨ ਟੈਬ ਜਾਂ ਇੰਟਰਨੈਟ ਜਾਂ ਕ੍ਰੈਡਿਟ ਕਾਰਡ ਵਗੈਰਾ ਜਿੰਨੇ ਆਪਾਂ ਯੂਜ਼ ਕਰਦੇ ਹਾਂ ਇਹ ਸਾਰਿਆਂ ਨੂੰ ਆਪਾਂ ਇਹ ਸਾਰੇ ਡਿਜੀਟਲ ਵਰਲਡ ਦਾ ਹਿੱਸਾ ਮੰਨੇ ਜਾਂਦੇ ਨੇ। ਇਹਨਾਂ ਨੂੰ ਡਿਜੀਟਲ ਵਰਲਡ ਦਾ ਹਿੱਸਾ ਇਸ ਕਰਕੇ ਕਹਿੰਦੇ ਆ ਕਿਉਂਕਿ ਇਹ ਸਾਰੇ ਡਿਜੀਟਲ ਟੈਕਨੋਲੋਜੀ ਤੇ ਨਿਰਭਰ ਕਰਦੇ ਨੇ। ਸੋ ਹੁਣ ਤੁਹਾਡੇ ਮਨ 'ਚ ਸਵਾਲ ਆ ਰਿਹਾ ਹੋਗਾ ਵੀ ਡਿਜੀਟਲ ਬੇਸਿਕਲੀ ਡਿਜੀਟਲ ਟੈਕਨੋਲੋਜੀ ਹੈ ਕੀ? ਇੱਥੇ ਬੇਟਾ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ, ਜਿਹੜੇ ਆਪਣੇ ਡਿਜਿਟਸ ਹੁੰਦੇ ਨੇ 0, 1, 2, 3 ਉਹਨਾਂ ਨੂੰ ਆਪਾਂ ਅੱਖਰ ਹੁੰਦੇ ਜਿਹੜੇ ਆਪਣੇ ਨੂਮੈਰਿਕ ਹੁੰਦੇ ਨੇ ਉਹਨਾਂ ਨੂੰ ਡਿਜਿਟਸ ਬੋਲਦੇ ਆ, ਪਾਰਟਿਕੁਲਰਲੀ 0 ਐਂਡ 1। ਸੋ ਇੱਥੇ ਬੜੀ ਇੰਟਰਸਟਿੰਗ ਗੱਲ ਹੈ ਵੀ ਜੋ ਕੰਪਿਊਟਰ ਹੈ ਜਾਂ ਆਪਣਾ ਜੋ ਮੋਬਾਈਲ ਫੋਨ ਹੈ ਉਹ ਸਿਰਫ ਤੇ ਸਿਰਫ ਦੋ ਹੀ ਅੱਖਰ ਸਮਝਦਾ, ਇੱਕ 0 ਤੇ ਇੱਕ 1। ਆਪਾਂ ਆਪਣੇ ਕੰਪਿਊਟਰ ਦੇ ਵਿੱਚ ਕਿੰਨਾ ਕੁਛ ਟਾਈਪ ਕਰ ਸਕਦੇ ਹਾਂ, ਬਹੁਤ ਕੁਛ ਆਪਾਂ ਇਮੇਜਿਸ ਵੀਡੀਓ ਸੇਵ ਕਰਦੇ ਹਾਂ ਇਸੇ ਤਰ੍ਹਾਂ ਮੋਬਾਈਲ ਫੋਨ ਦੇ ਵਿੱਚ, ਪਰ ਤੁਹਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕੰਪਿਊਟਰ ਹੈ ਜੋ ਜਾਂ ਆਪਣਾ ਫੋਨ ਹੈ ਜੋ ਉਹਨੂੰ ਕੁਛ ਸਮਝ ਨਹੀਂ ਆਉਂਦਾ, ਸਿਰਫ ਤੇ ਸਿਰਫ ਦੋ ਹੀ ਅੱਖਰ ਸਮਝਦਾ ਉਹ 0 ਤੇ 1। ਉਹ ਵੀ ਉਹ ਕਿਵੇਂ ਸਮਝਦਾ? ਕਿਉਂਕਿ ਇਹ ਆਪਾਂ ਨੂੰ ਪਤਾ ਵੀ ਬਿਜਲੀ ਤੇ ਚੱਲਦੇ ਨੇ ਜਾਂ ਪਾਵਰ ਸਪਲਾਈ ਤੇ ਚੱਲਦੇ ਆ, ਬੈਟਰੀ ਹੁੰਦੀ ਤਾਂ ਵੀ ਉਹ ਪਾਵਰ ਉਹਨਾਂ ਨੂੰ ਮਿਲਦੀ ਹੈ, ਤਾਂ ਉਹਦੇ ਵਿੱਚ ਇਸ ਤਰ੍ਹਾਂ ਦੇ ਡਿਵਾਈਸਿਸ ਆਈਸੀ ਲੱਗੇ ਹੁੰਦੇ ਨੇ, ਸਵਿਚ ਟਾਈਪ ਹੁੰਦੇ ਨੇ ਜਿਹੜੇ ਜਾਂ ਤਾਂ ਆਫ ਤੇ ਜਾਂ ਆਨ। ਸੋ ਕਿਉਂਕਿ ਇਹ ਇਲੈਕਟ੍ਰੋਨਿਕ ਨੇ ਬਿਜਲੀ ਤੇ ਚੱਲਦੇ ਨੇ ਤਾਂ ਇਹ ਜਾਂ ਤਾਂ ਉਹਨਾਂ ਨੂੰ ਪਤਾ ਹੁੰਦਾ ਵੀ ਕਰੰਟ ਹੈਗਾ, ਪੁਰਜਾ ਜਿਹੜਾ ਇਹਦੇ ਵਿੱਚ ਲੱਗੇ ਨੇ ਇਹਦੇ ਵਿੱਚ ਡਿਵਾਈਸਿਸ ਲੱਗੇ ਨੇ, ਜਾਂ ਲਾਈਟ ਹੈ ਜਾਂ ਨਹੀਂ ਹੈ, ਦੋ ਹੀ ਗੱਲਾਂ ਨੇ। ਸੋ ਇਹ ਸਿਰਫ ਦੋ ਹੀ ਚੀਜ਼ ਸਮਝਦਾ ਜਾਂ 0 ਜਾਂ 1, ਬਾਕੀ ਜਿੰਨੀ ਵੀ ਇਨਫੋਰਮੇਸ਼ਨ ਹੈ ਉਹ ਇਸ 0 ਤੇ 1 ਨੂੰ ਕੋਡ ਕਰਕੇ ਬਣਾਈ ਹੁੰਦੀ ਹੈ। ਆਪਾਂ ਜਿੰਨਾ ਵੀ ਡਾਟਾ ਆਪਾਂ ਇਹਦੇ ਵਿੱਚ ਸੇਵ ਕਰਦੇ ਹਾਂ ਕੰਪਿਊਟਰ ਦੇ ਵਿੱਚ, ਆਪਣਾ ਡਾਟਾ ਜਿਸ ਤਰ੍ਹਾਂ ਦਾ ਮਰਜ਼ੀ ਹੋਵੇ ਉਹਨੂੰ ਕੰਪਿਊਟਰ ਸਿਰਫ ਤੇ ਸਿਰਫ ਜੋ ਕੋਡਿੰਗ ਹੈ 0 ਤੇ 1 0 1 0 1 ਇਸ ਦੇ ਕੋਡ ਦੇ ਫਾਰਮੈਟ ਵਿੱਚ ਕਰਦਾ। ਸੋ ਹਰ ਇੱਕ ਅੱਖਰ ਲਈ ਅਗਰ ਆਪਾਂ ਏ ਵੀ ਟਾਈਪ ਕਰਦੇ ਹਾਂ ਤਾਂ ਉਹਦਾ ਵੀ ਪਹਿਲਾਂ ਉਹਨੂੰ ਕਨਵਰਟ ਕਰਦਾ ਉਹ ਆਪਣੇ ਡਿਜੀਟਲ ਡਾਟਾ ਦੇ ਵਿੱਚ, ਉਸ ਤੋਂ ਬਾਅਦ ਉਹਨੂੰ ਸੇਵ ਕਰਦਾ। ਸੋ ਇਸ ਕਰਕੇ ਇਸ ਨੂੰ ਸਿਸਟਮ ਨੂੰ ਇਹਨਾਂ ਡਿਵਾਈਸਿਸ ਨੂੰ ਡਿਜੀਟਲ ਡਿਵਾਈਸਿਸ ਕਿਹਾ ਜਾਂਦਾ। ਸੋ ਇੰਟਰਸਟਿੰਗ ਗੱਲ ਇਹ ਸੀ ਵੀ ਕੰਪਿਊਟਰ ਜੋ ਹੈ ਉਹ ਸਿਰਫ ਤੇ ਸਿਰਫ ਦੋ ਹੀ ਅੱਖਰ ਸਮਝਦਾ ਹੈ 0 ਐਂਡ 1। 0 ਮਤਲਬ ਆਫ 1 ਮੀਨ ਆਨ। ਸੋ ਇਸ ਕਰਕੇ ਇਹਨਾਂ ਨੂੰ ਡਿਜੀਟਲ ਡਿਵਾਈਸਿਸ ਕਿਹਾ ਜਾਂਦਾ। ਸੋ ਨੈਕਸਟ ਆਪਾਂ ਗੱਲ ਕਰਦੇ ਹਾਂ ਇੰਟਰਨੈਟ। ਬੇਸਿਕਲੀ ਇੰਟਰਨੈਟ ਕੀ ਹੈ? ਇੰਟਰਨੈਟ ਇਸ ਕੀ ਹੁੰਦਾ ਬੇਟਾ ਵੀ ਜਦੋਂ ਬਹੁਤ ਸਾਰੇ ਕੰਪਿਊਟਰ ਆਪਸ ਵਿੱਚ ਕਿਸੇ ਨੈਟਵਰਕ ਦੇ ਰਾਹੀਂ ਕਿਸੇ ਤਾਰ ਦੇ ਰਾਹੀਂ ਜਾਂ ਵਾਇਰਲੈਸ ਨੈਟਵਰਕ ਦੇ ਰਾਹੀਂ ਜਦੋਂ ਜੁੜੇ ਹੁੰਦੇ ਨੇ ਉਹਨਾਂ ਨੂੰ ਆਪਾਂ ਨੈਟਵਰਕ ਕਹਿੰਦੇ ਹਾਂ। ਜਦੋਂ ਕਈ ਤਰ੍ਹਾਂ ਦੇ ਕੰਪਿਊਟਰ ਕਈ ਤਰ੍ਹਾਂ ਦੇ ਨੈਟਵਰਕ ਆਪਸ ਵਿੱਚ ਜੁੜੇ ਹੁੰਦੇ ਨੇ ਉਹਨੂੰ ਆਪਾਂ ਇੰਟਰਨੈਟ ਬੋਲ ਦਿੰਦੇ ਹਾਂ। ਸਿੱਧਾ ਸਮਝਣ ਲਈ ਸੌਖੀ ਜੀ ਗੱਲ ਦੇ ਵਿੱਚ ਇਹ ਹੈ ਬੇਟਾ
ਜਦੋਂ ਬਹੁਤ ਸਾਰੇ ਕੰਪਿਊਟਰ ਆਪਸ ਵਿੱਚ ਜੁੜੇ ਹੁੰਦੇ ਨੇ, ਚਾਹੇ ਉਹ ਤਾਰ ਦੇ ਨਾਲ ਜੁੜੇ ਹੋਣ, ਚਾਹੇ ਬਗੈਰ ਤਾਰ ਤੋਂ ਵਾਇਰਲੈਸ ਕਨੈਕਸ਼ਨ ਦੇ ਨਾਲ ਜੁੜੇ ਹੋਣ, ਉਹਨੂੰ ਆਪਾਂ ਇੰਟਰਨੈਟ ਬੋਲਦੇ ਹਾਂ। ਜਿਹੜਾ ਉਹਨਾਂ ਕੰਪਿਊਟਰ ਦੇ ਵਿੱਚ ਜਿੱਥੇ ਜਿੱਥੇ ਪਾਵਰਫੁਲ ਥੋੜਾ ਵੱਡਾ ਸਿਸਟਮ ਲਾਇਆ ਉਹਨੂੰ ਆਪਾਂ ਸਰਵਰ ਬੋਲ ਦਿੰਦੇ ਹਾਂ। ਜਿੱਥੇ ਵੈਬਸਾਈਟ ਚੱਲਦੀਆਂ ਤੇ ਉਹਨਾਂ ਦੇ ਵਿੱਚ ਥੋੜੀ ਉਹਨਾਂ ਦੀ ਪਾਵਰ ਵੱਧ ਹੁੰਦੀ ਆ, ਉਹਨਾਂ ਦੀ ਕੈਪੈਸਿਟੀ ਵੱਧ ਹੁੰਦੀ ਆ, ਉਹਨਾਂ ਦੀ ਪ੍ਰੋਸੈਸਿੰਗ ਕੈਪੈਸਿਟੀ ਵੱਧ ਹੁੰਦੀ ਆ, ਇਸ ਕਰਕੇ ਉਹਨਾਂ ਨੂੰ ਸਰਵਰ ਬੋਲਦੇ ਨੇ। ਸੋ ਜਦੋਂ ਬਹੁਤ ਸਾਰੇ ਕੰਪਿਊਟਰ ਆਪਸ 'ਚ ਜੁੜੇ ਹੁੰਦੇ ਨੇ ਉਹਨੂੰ ਆਪਾਂ ਇੰਟਰਨੈਟ ਬੋਲ ਦਿੰਦੇ ਹਾਂ। ਸੋ ਜਦੋਂ ਇੰਟਰਨੈਟ ਦੇ ਵਿੱਚ ਇੱਕ ਦੂਸਰੇ ਕੰਪਿਊਟਰ ਦੇ ਨਾਲ ਆਪਸ 'ਚ ਕੰਪਿਊਟਰ ਜੁੜੇ ਹੋਏ ਨੇ ਤਾਂ ਉਦੋਂ ਆਪਾਂ ਨੂੰ ਕਈ ਤਰ੍ਹਾਂ ਦੇ ਖਤਰੇ ਹੋ ਜਾਂਦੇ ਨੇ। ਜਿਸ ਤਰ੍ਹਾਂ ਕੋਈ ਮੰਨ ਲਓ ਦੂਰ ਬੈਠਾ ਕਿਸੇ ਕੰਪਿਊਟਰ ਤੇ ਆਪਣੇ ਕੰਪਿਊਟਰ ਨਾਲ ਜੁੜ ਕੇ ਉਹਦੇ ਵਿੱਚੋਂ ਕੋਈ ਇਨਫੋਰਮੇਸ਼ਨ ਕੱਢਦਾ ਜਾਂ ਉਹਨੂੰ ਕੋਈ ਹੈਕ ਕਰਦਾ। ਸੋ ਇਹ ਸਾਰੀਆਂ ਗੱਲਾਂ ਦਾ ਆਪਾਂ ਧਿਆਨ ਰੱਖਣਾ ਹੁੰਦਾ ਹੈ। ਸੋ ਆਪਾਂ ਗੱਲ ਕਰਦੇ ਹਾਂ ਵੀ ਅੱਜ ਦੀ ਡੇਟ ਵਿੱਚ ਸਟੂਡੈਂਟ ਦੀ ਲਾਈਫ ਦੇ ਵਿੱਚ ਇੰਟਰਨੈਟ ਕਿਸ ਤਰ੍ਹਾਂ ਇੰਪੋਰਟੈਂਸ ਹੈ। ਸਟੂਡੈਂਟਸ ਨੂੰ ਅੱਜ ਦੇ ਟਾਈਮ ਦੇ ਵਿੱਚ ਆਨਲਾਈਨ ਸਟੱਡੀ ਕਰਨੀ ਪੈਂਦੀ ਹੈ, ਫਿਰ ਬੱਚਿਆਂ ਨੂੰ ਆਪਣਾ ਹੋਮਵਰਕ ਕਰਨਾ ਹੁੰਦਾ, ਉਹਨਾਂ ਨੇ ਆਨਲਾਈਨ ਕਲਾਸਿਸ ਲੈਣੀਆਂ ਨੇ, ਫਿਰ ਆਪਣੇ ਰੀਡਿੰਗ ਐਂਡ ਰਾਈਟਿੰਗ ਉਹਨਾਂ ਨੇ ਕਰਨੀ ਆ, ਸਾਰੇ ਆਪਣੇ ਐਗਜ਼ਾਮ ਕਰਨੇ ਆ, ਆਪਣੇ ਫਰੈਂਡਸ ਦੇ ਨਾਲ ਗੱਲਾਂ ਕਰਨੀਆਂ ਹੁੰਦੀਆਂ ਨੇ, ਫਰੈਂਡਸ ਦੇ ਨਾਲ ਸ਼ੇਅਰਿੰਗ ਕਰਨੀ ਹੁੰਦੀ ਆ, ਚੈਟਿੰਗ ਕਰਨੀ ਆ, ਜਾਂ ਕੋਈ ਸੋਸ਼ਲ ਸਾਈਟਸ ਨੇ ਉਹਨਾਂ ਤੇ ਆਪਣਾ ਕੋਈ ਪੋਸਟ ਪਾਉਣੀ ਆ। ਆਨਲਾਈਨ ਕੰਪੀਟੀਸ਼ਨ, ਅੱਜ ਕੱਲ੍ਹ ਬਹੁਤ ਤਰ੍ਹਾਂ ਦੇ ਕੰਪੀਟੀਸ਼ਨ ਨੇ ਜਿਹਦੇ ਵਿੱਚ ਆਨਲਾਈਨ ਪਾਰਟਿਸਿਪੇਟ ਕਰਨਾ ਹੁੰਦਾ, ਫੋਟੋ ਜਾਂ ਵੀਡੀਓ ਸ਼ੇਅਰ ਕਰਨੀਆਂ ਨੇ, ਕੁਝ ਬੱਚਿਆਂ ਨੇ ਗੇਮਸ ਵੀ ਖੇਡਣੀਆਂ ਹੋ ਸਕਦੀਆਂ ਨੇ ਲੈਜ਼ਰ ਐਕਟੀਵਿਟੀ ਲਈ, ਜਾਂ ਕੋਈ ਉਹਨਾਂ ਨੇ ਮਿਊਜ਼ਿਕ ਡਾਊਨਲੋਡ ਕਰਨਾ, ਅਪਲੋਡ ਕਰਨਾ, ਜਾਂ ਨਿਊਜ਼ ਸੁਣਨੀਆਂ ਨੇ। ਬੱਚਿਆਂ ਨੂੰ ਕਈ ਵਾਰੀ ਆਨਲਾਈਨ ਸ਼ਾਪਿੰਗ ਲਈ ਕੁਛ ਨਾ ਕੁਛ ਪਰਚੇਜ਼ ਕਰਨਾ ਹੁੰਦਾ, ਜਾਂ ਆਨਲਾਈਨ ਬੈਂਕਿੰਗ, ਵੈਸੇ ਤਾਂ ਪੇਰੈਂਟਸ ਦੀ ਹੈਲਪ ਦੇ ਨਾਲ ਹੀ ਹੁੰਦਾ, ਪਰ ਕਈ ਵਾਰੀ ਕੁਛ ਅਗਰ ਪਰਚੇਜ਼ ਕਰਨਾ ਆਪਾਂ ਆਨਲਾਈਨ ਤਾਂ, ਜਾਂ ਆਨਲਾਈਨ ਬੈਂਕਿੰਗ ਦੀ ਕੋਈ ਸਰਵਿਸਿਜ਼ ਲੈਣੀਆਂ ਨੇ ਉਹਦੇ ਲਈ, ਆਪਾਂ ਕੋਈ ਆਪਣੀਆਂ ਰੇਲਵੇ ਟਿਕਟਸ ਬੁੱਕ ਕਰਾਉਣੀਆਂ ਨੇ, ਕੋਈ ਹੋਰ ਮੂਵੀ ਟਿਕਟਸ ਨੇ, ਜਾਂ ਕੋਈ ਏਅਰਵੇਜ਼ ਟਿਕਟਸ ਆਪਾਂ ਨੂੰ ਬੁੱਕ ਕਰਾਉਣੀਆਂ ਹੁੰਦੀਆਂ ਨੇ। ਸੋ ਇਹ ਸਾਰੀਆਂ ਕੰਮਾਂ ਲਈ ਇੰਟਰਨੈਟ ਦੀ ਵਰਤੋਂ ਹੁੰਦੀ ਆ। ਇੰਟਰਨੈਟ ਦੀ ਵਰਤੋਂ ਮਤਲਬ ਸਿਰਫ ਇਹ ਜੋ ਮੈਂ ਦੱਸੀ ਇਹਨਾਂ ਤੱਕ ਲਿਮਿਟ ਨਹੀਂ ਹੈ, ਇਹ ਲਿਮਿਟਲੈਸ ਹੈ। ਸੋ ਬਹੁਤ ਸਾਰੇ ਇੰਟਰਨੈਟ ਦੇ ਯੂਜਸ ਨੇ। ਅੱਜ ਦੀ ਡੇਟ ਦੇ ਵਿੱਚ ਲਾਈਫ ਨੂੰ ਇੰਟਰਨੈਟ ਤੋਂ ਬਗੈਰ ਐਕਸਪੈਕਟ ਕਰਨਾ ਥੋੜ੍ਹਾ ਮੁਸ਼ਕਲ ਲੱਗਦਾ। ਸੋ ਇੰਟਰਨੈਟ ਆਪਣੀ ਲਾਈਫ ਲਈ ਬਹੁਤ ਇੰਪੋਰਟੈਂਟ ਹੈ। ਸੋ ਅੱਗੇ ਗੱਲ ਕਰਦੇ ਬੇਟਾ ਵੀ ਜਿੱਥੇ ਆਪਾਂ ਨੂੰ ਇੰਟਰਨੈਟ ਬਹੁਤ ਜ਼ਿਆਦਾ ਬੈਨੀਫਿਸ਼ੀਅਲ ਹੈ, ਉੱਥੇ ਹੀ ਆਪਾਂ ਨੂੰ ਇੰਟਰਨੈਟ ਤੋਂ ਕੁਛ ਕੁ ਖਤਰੇ ਰਹਿੰਦੇ ਨੇ, ਜਿਹੜੀਆਂ ਗੱਲਾਂ ਤੋਂ ਆਪਾਂ ਸਾਵਧਾਨ ਰਹਿਣਾ ਹੁੰਦਾ। ਸੋ ਇੰਟਰਨੈਟ ਤੋਂ ਜਾਂ ਆਪਣੇ ਜੋ ਇਹ ਡਿਜੀਟਲ ਟੈਕਨੋਲੋਜੀ ਆ, ਆਪਾਂ ਨੂੰ ਇਹ ਤੋਂ ਕਿਵੇਂ ਦੇ ਖਤਰੇ ਹੋ ਸਕਦੇ ਆ, ਆਪਾਂ ਉਹਨਾਂ ਨੂੰ ਚਾਰ ਪਾਰਟਸ ਦੇ ਵਿੱਚ ਡਿਵਾਈਡ ਕਰਦਾ ਮੈਂ। ਪਹਿਲਾ ਫਿਜ਼ੀਕਲ ਅਤੇ ਹੈਲਥ ਰਿਲੇਟਡ, ਵੀ ਆਪਾਂ ਨੂੰ ਸਰੀਰਕ ਤੌਰ 'ਤੇ ਜਾਂ ਆਪਾਂ ਨੂੰ ਫਿਜ਼ੀਕਲੀ ਕਿਵੇਂ ਨੁਕਸਾਨ ਹੋ ਸਕਦਾ, ਸੋਸ਼ਲੀ ਅਤੇ ਇਮੋਸ਼ਨਲੀ ਕਿਵੇਂ ਆਪਾਂ ਨੂੰ ਇਹ ਨੁਕਸਾਨ ਕਰ ਸਕਦੇ ਨੇ, ਇਕਨੋਮਿਕਲੀ ਵੀ ਆਪਾਂ ਨੂੰ ਫਾਈਨੈਂਸ਼ਲੀ ਕਿਵੇਂ ਇਹਦਾ ਇਫੈਕਟ ਹੋ ਸਕਦਾ, ਫਿਰ ਉਸ ਤੋਂ ਅੱਗੇ ਹੁੰਦਾ ਹੈ ਡਾਟਾ ਅਤੇ ਪ੍ਰਾਈਵੇਸੀ ਥੈਫਟ, ਲਈ ਆਪਣਾ ਜੋ ਆਪਣੇ ਡਿਵਾਈਸ 'ਤੇ ਜੋ ਡਾਟਾ ਉਹ ਚੋਰੀ ਹੋ ਸਕਦਾ, ਜਾਂ ਆਪਣੀ ਪ੍ਰਾਈਵੇਸੀ ਜਿਹਨੂੰ ਆਪਾਂ ਨਿੱਜਤਾ ਕਹਿ ਦਿੰਦੇ ਵੀ ਆਪਣੀ ਪ੍ਰਾਈਵੇਟ ਲਾਈਫ ਬਾਰੇ ਕੋਈ ਅਗਰ ਹੋਰ ਆਪਣੇ ਉਹਦੇ ਵਿੱਚੋਂ ਡਿਵਾਈਸ ਦੇ ਵਿੱਚੋਂ ਕੋਈ ਡਾਟਾ ਕੱਢਦਾ ਉਹਦਾ ਵੀ ਖਤਰਾ ਹੋ ਸਕਦਾ। ਸੋ ਆਪਾਂ ਵਨ ਬਾਈ ਵਨ ਡਿਸਕਸ ਕਰਦੇ ਹਾਂ। ਸੋ ਮੋਬਾਈਲ ਫੋਨ ਦਾ ਜਿਸ ਤਰ੍ਹਾਂ ਮੋਬਾਈਲ ਫੋਨ ਦੀ ਵਰਤੋਂ ਵੱਧਦੀ ਜਾ ਰਹੀ ਆ, ਆਪਣੀ ਜੋ ਫਿਜ਼ੀਕਲ ਆਪਣੀ ਜੋ ਪੋਸਚਰ ਹੈ ਜਾਂ ਆਪਣੀ ਜੋ ਫਿਜ਼ੀਕਲ ਸਟਰੈਂਥ ਹੈ ਉਹ 'ਤੇ ਬਹੁਤ ਮਾੜਾ ਅਸਰ ਪੈ ਰਿਹਾ। ਸੋ ਇਸ ਚੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਾਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ? ਸਭ ਤੋਂ ਪਹਿਲਾਂ ਗੱਲ ਆਉਂਦੀ ਹੈ ਵੀ ਬੱਚੇ ਕੀ ਕਰਦੇ ਨੇ ਜਦੋਂ ਮੋਬਾਈਲ ਫੋਨ ਯੂਜ਼ ਕਰਦੇ ਆ ਜਾਂ ਆਪਣਾ ਲੈਪਟੈਪ ਯੂਜ਼ ਕਰਦੇ ਆ, ਤਾਂ ਉਹ ਆਪਣੀ ਬੋਡੀ ਪੋਸਚਰ ਦਾ ਧਿਆਨ ਨਹੀਂ ਰੱਖਦੇ। ਉਹ ਕਈ ਵਾਰ ਤਾਂ ਅੱਗੇ ਨੂੰ ਝੁੱਕ ਕੇ ਜਾਂ ਕਈ ਵਾਰੀ ਬੈੱਡ ਤੇ ਪੈ ਕੇ ਉਸ ਤਰ੍ਹਾਂ ਡਿਵਾਈਸ ਨੂੰ ਯੂਜ਼ ਕਰਦੇ ਆ, ਜਿਹਦੇ ਨਾਲ ਐਟ ਏ ਟਾਈਮ ਆਪਾਂ ਨੂੰ ਕੋਈ ਨੁਕਸਾਨ ਨਹੀਂ ਮਹਿਸੂਸ ਹੁੰਦਾ, ਪਰ ਆਉਣ ਵਾਲੇ ਟਾਈਮ ਦੇ ਵਿੱਚ ਲੰਮੇ ਸਮੇਂ ਤੇ ਜਾ ਕੇ ਉਹਦੇ ਜੋ ਮਾੜੇ ਪ੍ਰਭਾਵ ਨੇ ਉਹ ਆਉਣ ਲੱਗਦੇ ਨੇ। ਸੋ ਆਪਾਂ ਨੂੰ ਮੋਬਾਈਲ ਫੋਨ ਦੀ ਵਰਤੋਂ ਕਰਦੇ ਸਮੇਂ ਆਪਣਾ ਜੋ ਬੋਡੀ ਪੋਸਚਰ ਹੈ, ਆਪਣਾ ਜੋ ਬੈਠਣ ਦਾ ਢੰਗ ਹੈ ਜਾਂ ਆਪਣਾ ਜੋ ਖੜਨ ਦਾ ਢੰਗ ਹੈ ਉਹਦੇ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ। ਆਪਾਂ ਨੂੰ ਕਦੇ ਵੀ ਅੱਗੇ ਨੂੰ ਝੁੱਕ ਕੇ ਆਪਣੀ ਗਰਦਨ ਨੂੰ ਅੱਗੇ ਝੁਕਾ ਕੇ ਆਪਾਂ ਨੂੰ ਇਸ ਤਰ੍ਹਾਂ ਇਹਨੂੰ ਯੂਜ਼ ਨਹੀਂ ਕਰਨਾ ਚਾਹੀਦਾ ਮੋਬਾਈਲ ਫੋਨ ਨੂੰ। ਹਮੇਸ਼ਾ ਆਪਣੀ ਜੋ ਗਰਦਨ ਹੈ ਉਹ ਬਿਲਕੁਲ ਸਿੱਧੀ ਰਹਿਣੀ ਚਾਹੀਦੀ ਹੈ, ਕਿਉਂਕਿ ਉਹਦੇ ਨਾਲ ਜੋ ਆਪਣੀ ਗਰਦਨ 'ਤੇ ਪ੍ਰੈਸ਼ਰ ਹੈ, ਜਦੋਂ ਅੱਗੇ ਨੂੰ ਝੁੱਕਦੇ ਹਾਂ ਗਰਦਨ 'ਤੇ ਪ੍ਰੈਸ਼ਰ ਪੈਂਦਾ, ਜਿਹਦੇ ਨਾਲ ਆਪਣੀ ਰੀੜ੍ਹ ਦੀ ਹੱਡੀ 'ਤੇ ਜਾ ਕੇ ਇਫੈਕਟ ਹੁੰਦਾ। ਸਿਮਿਲਰਲੀ ਖੜ੍ਹੇ ਹੋਏ ਵੀ ਜਾਂ ਅਗਰ ਆਪਾਂ ਬੈਠੇ ਵੀ ਹਾਂ ਉਦੋਂ ਵੀ ਆਪਾਂ ਨੂੰ ਜੋ ਆਪਣੀ ਗਰਦਨ ਹੈ ਉਹ ਬਿਲਕੁਲ ਸਿੱਧੀ ਰੱਖਣੀ ਚਾਹੀਦੀ ਹੈ। ਮੋਬਾਈਲ ਫੋਨ ਨੂੰ ਜਾਂ ਆਪਣੇ ਡਿਵਾਈਸ ਨੂੰ ਕੁਛ ਇਸ ਤਰ੍ਹਾਂ ਪੋਜੀਸ਼ਨ ਕਰੋ ਵੀ ਆਪਣੀ ਗਰਦਨ ਅੱਗੇ ਨੂੰ ਝੁਕੇ ਨਾ, ਨਹੀਂ ਤਾਂ ਹੌਲੀ ਹੌਲੀ ਕੀ ਆ ਵੀ ਉਹਦੇ ਨਾਲ ਜਿਹਨੂੰ ਆਪਾਂ ਕੁੱਬ ਕਹਿੰਦੇ ਹਾਂ ਕੁੱਬ ਪੈਣਾ ਸਟਾਰਟ ਹੋ ਜਾਂਦਾ। ਉਸ ਤੋਂ ਬਾਅਦ ਹੈ ਜਦੋਂ ਆਪਾਂ ਬੈਠ ਕੇ ਪੀਸੀ 'ਤੇ ਕੰਮ ਕਰਨਾ, ਉਹਦਾ ਵੀ ਇੱਕ ਤਰੀਕਾ
ਅੱਗੇ ਨੂੰ ਝੁੱਕ ਕੇ ਕੰਮ ਨਹੀਂ ਕਰਨਾ। ਆਪਣੀ ਜੋ ਜੋ ਆਪਣੀ ਬੈਕ ਹੈ, ਜੋ ਆਪਣੀ ਰੀੜ੍ਹ ਦੀ ਹੱਡੀ ਆ, ਉਹ ਬਿਲਕੁਲ ਸਿੱਧੀ ਰਹਿਣੀ ਚਾਹੀਦੀ ਹੈ, ਜਿਹਦੇ ਨਾਲ ਆਪਣਾ ਜੋ ਬੋਡੀ ਪੋਸਚਰ ਹੈ ਉਹ ਬਿਲਕੁਲ ਠੀਕ ਰਹੇ। ਬਹੁਤ ਸਾਰੇ ਬੱਚੇ ਪੀਸੀ ਨੂੰ ਜਾਂ ਲੈਪਟਾਪ ਨੂੰ ਯੂਜ਼ ਕਰਦੇ ਸਮੇਂ ਅੱਗੇ ਨੂੰ ਝੁੱਕ ਜਾਂਦੇ ਨੇ, ਜਿਹੜਾ ਕਿ ਗਲਤ ਹੈ। ਸੋ ਜਦੋਂ ਆਪਾਂ ਬੈਠ ਕੇ ਕੰਮ ਕਰਦੇ ਹਾਂ, ਉਦੋਂ ਆਪਣੀ ਜੋ ਅੱਖਾਂ ਤੋਂ ਆਪਣੇ ਮੋਨੀਟਰ ਦੀ, ਪੀਸੀ ਦੇ ਮੋਨੀਟਰ ਦੀ ਜੋ ਦੂਰੀ ਹੈ, ਉਹ ਵੀ ਇੱਕ ਮੇਨਟੇਨ ਕਰਕੇ ਰੱਖਣੀ ਚਾਹੀਦੀ ਹੈ। ਆਪਾਂ ਨੂੰ 18 ਇੰਚ ਤੋਂ ਲੈ ਕੇ 24 ਇੰਚ ਤੱਕ ਦੀ ਉਹਦੀ ਦੂਰੀ ਹੋਣੀ ਚਾਹੀਦੀ ਹੈ। ਜੇ ਆਪਾਂ ਇਸ ਤੋਂ ਜ਼ਿਆਦਾ ਨੇੜੇ ਹੋ ਕੇ ਪੀਸੀ ਦੀ ਵਰਤੋਂ ਕਰਦੇ ਹਾਂ ਤਾਂ ਆਪਣੀ ਅੱਖਾਂ 'ਤੇ ਵੀ ਮਾੜਾ ਪ੍ਰਭਾਵ ਪਵੇਗਾ ਅਤੇ ਆਪਣੀ ਜੋ ਬੈਕ ਹੈ ਜਾਂ ਆਪਣੇ ਜੋ ਬੋਡੀ ਹੈ ਉਹਦੇ 'ਤੇ ਵੀ ਮਾੜਾ ਪ੍ਰਭਾਵ ਪੈ ਸਕਦਾ ਹੈ। ਕੁਛ ਬੱਚੇ ਆਪਣਾ ਹੋਮਵਰਕ ਕਰਦੇ ਦੌਰਾਨ ਜਾਂ ਵੈਸੇ ਮੋਬਾਈਲ ਫੋਨ ਨੂੰ ਲੇਟ ਨਾਈਟ ਤੱਕ ਯੂਜ਼ ਕਰਦੇ ਆ, ਔਰ ਉਹਦੇ ਨਾਲ ਕੀ ਹੈ ਵੀ ਉਹਨਾਂ ਦੀ ਜੋ ਮੋਬਾਈਲ ਦੇ ਜੋ ਲਾਈਟ ਹੈ, LED ਲਾਈਟ ਹੈ, ਉਹਦੀ ਸਕਰੀਨ ਦੀ ਜੋ ਲਾਈਟ ਹੈ ਉਹਦਾ ਅੱਖਾਂ 'ਤੇ ਬਹੁਤ ਮਾੜਾ ਪ੍ਰਭਾਵ ਪੈਂਦਾ। ਬਹੁਤ ਦੇਰ ਤੱਕ ਲਗਾਤਾਰ ਇਸ ਤਰ੍ਹਾਂ ਵਰਤੋਂ ਕਰਨ ਨਾਲ ਅੱਖਾਂ ਦੀ ਰੋਸ਼ਨੀ ਤੱਕ ਵੀ ਜਾ ਸਕਦੀ ਹੈ। ਸੋ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਆਪਾਂ ਨੂੰ ਲੇਟ ਨਾਈਟ ਮੋਬਾਈਲ ਦੀ ਵਰਤੋਂ ਨਾ ਕਰਨੀ ਪਵੇ। ਜੇਕਰ ਕਿਸੇ ਵਜ੍ਹਾ ਕਰਕੇ ਆਪਾਂ ਨੂੰ ਕਰਨੀ ਵੀ ਪੈਂਦੀ ਹੈ ਤਾਂ ਆਪਾਂ ਨੂੰ ਉਹਦੀ ਜੋ ਬ੍ਰਾਈਟਨੈਸ ਹੈ, ਪਹਿਲਾਂ ਉਹ ਬ੍ਰਾਈਟਨੈਸ ਨਾਈਟ ਦੇ ਨਾਈਟ ਮੋਡ ਦੇ ਅਕੋਰਡਿੰਗ ਘਟਾ ਲੈਣੀ ਚਾਹੀਦੀ ਹੈ। ਅਗਰ ਨਾਈਟ ਮੋਡ ਤੁਹਾਡੇ ਫੋਨ ਦੇ ਵਿੱਚ ਨਹੀਂ ਹੈ ਤਾਂ ਵੈਸੇ ਉਹਦੀ ਬ੍ਰਾਈਟਨੈਸ ਜਿੰਨੀ ਘੱਟ ਤੋਂ ਘੱਟ ਕਰ ਸਕਦੇ ਹੋ ਉਨੀ ਘੱਟ ਕਰਕੇ ਆਪਾਂ ਨੂੰ ਡਿਵਾਈਸ ਨੂੰ ਯੂਜ਼ ਕਰਨਾ ਚਾਹੀਦਾ ਤਾਂ ਕਿ ਆਪਣੀ ਜੋ ਆਪਣੀਆਂ ਅੱਖਾਂ ਨੇ ਉਹਨਾਂ 'ਤੇ ਮਾੜਾ ਪ੍ਰਭਾਵ ਨਾ ਪਵੇ। ਸੋ ਨੈਕਸਟ ਹੈ, ਜਿਸ ਤਰ੍ਹਾਂ ਕਿ ਸਾਰਿਆਂ ਨੂੰ ਪਤਾ ਵੀ ਹੁਣ ਆਪਣੇ ਮਹਾਮਾਰੀ ਦਾ ਦੌਰ ਚੱਲ ਰਿਹਾ, ਪਾਰਟੀਕੁਲਰਲੀ ਇਸ ਦੌਰ ਦੇ ਵਿੱਚ ਮੋਬਾਈਲ ਫੋਨ ਨੂੰ ਆਪਾਂ ਹਮੇਸ਼ਾ ਆਪਣੇ ਨਾਲ ਰੱਖਦੇ ਹਾਂ। ਅਲੱਗ ਅਲੱਗ ਥਾਵਾਂ 'ਤੇ ਆਪਾਂ ਯੂਜ਼ ਕਰਦੇ ਹਾਂ, ਹੱਥ ਕਿਤੇ ਵੀ ਟੱਚ ਕੀਤੇ ਹੁੰਦੇ ਨੇ ਮੋਬਾਈਲ ਫੋਨ ਨੂੰ ਟੱਚ ਕਰਦੇ ਹਾਂ ਤਾਂ ਮੋਬਾਈਲ ਫੋਨ ਦੇ ਨਾਲ ਬਹੁਤ ਤਰ੍ਹਾਂ ਦੇ ਵਾਇਰਸ, ਬੈਕਟੀਰੀਆ ਨਾਲ ਉਹਦੇ ਅਟੈਚ ਹੋ ਜਾਂਦੇ ਨੇ। ਸੋ ਪਾਰਟੀਕੁਲਰਲੀ ਘਰੇ ਆ ਕੇ ਆਪਾਂ ਆਪਣੇ ਹੱਥ ਤਾਂ ਧੋ ਲੈਂਦੇ ਹਾਂ ਪਰ ਮੋਬਾਈਲ ਫੋਨ ਨੂੰ ਸਾਫ਼ ਕਰਨਾ ਭੁੱਲ ਜਾਂਦੇ ਹਾਂ। ਸੋ ਮੋਬਾਈਲ ਫੋਨ ਨੂੰ ਹਮੇਸ਼ਾ ਸਾਫ਼ ਰੱਖਣਾ ਵੀ ਜ਼ਰੂਰੀ ਹੈ। ਮੋਬਾਈਲ ਫੋਨ ਨੂੰ ਸਾਫ਼ ਰੱਖਦੇ ਸਮੇਂ ਆਪਾਂ ਕੁਝ ਗੱਲਾਂ ਦਾ ਧਿਆਨ ਰੱਖਣਾ ਹੁੰਦਾ। ਸਭ ਤੋਂ ਪਹਿਲਾਂ ਮੋਬਾਈਲ ਫੋਨ ਦੀ ਜੋ ਕੇਸਿੰਗ ਹੈ, ਜੋ ਉਹਦੀ ਕਵਰਿੰਗ ਹੈ, ਆਪਾਂ ਉਹ ਉਤਾਰ ਦੇਣੀ ਹੈ। ਮੋਬਾਈਲ ਫੋਨ ਦੇ ਉੱਤੇ ਡਾਇਰੈਕਟ ਆਪਾਂ ਜੋ ਆਪਣਾ ਸੈਨੇਟਾਈਜ਼ਰ ਹੈ ਜਾਂ ਐਲਕੋਹਲ ਹੈ ਉਹ ਡਾਇਰੈਕਟ ਸਪਰੇ ਨਹੀਂ ਕਰਨੀ ਚਾਹੀਦੀ, ਕਿਸੇ ਟਿਸ਼ੂ ਪੇਪਰ ਤੇ ਲਗਾ ਕੇ ਜਾਂ ਕਿਸੇ ਸੌਫਟ ਜੋ ਆਪਣਾ ਰਬਿੰਗ ਕਲੋਥ ਹੁੰਦਾ ਉਹਦੇ ਉੱਪਰ ਲਗਾ ਕੇ ਫਿਰ ਆਪਾਂ ਨੂੰ ਉਹ ਆਪਣੇ ਜੋ ਡਿਵਾਈਸ ਹੈ ਉਹਨੂੰ ਸਾਫ਼ ਕਰਨਾ ਚਾਹੀਦਾ। ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਜੋ ਇਹਦੇ ਓਪਨ ਪਾਰਟਸ ਨੇ, ਜਿਸ ਤਰ੍ਹਾਂ ਕੋਈ ਆਪਣੇ ਚਾਰਜਿੰਗ ਸਾਕਟ ਹੈ ਜਾਂ ਜਿੱਥੇ ਮਾਈਕ ਹੁੰਦਾ, ਜਿੱਥੇ ਈਅਰਫੋਨ ਆ, ਉੱਥੇ ਆਪਾਂ ਨੂੰ ਘੱਟ ਤੋਂ ਘੱਟ ਇਹਦੀ ਵਰਤੋਂ ਕਰਨੀ ਚਾਹੀਦੀ ਹੈ ਜੋ ਸੈਨੇਟਾਈਜ਼ਰ ਹੈ। ਸੋ ਮੋਬਾਈਲ ਫੋਨ ਨੂੰ ਸਾਫ਼ ਰੱਖਣਾ ਜ਼ਰੂਰੀ ਹੈ ਪਰ ਉਸ ਸਫਾਈ ਦੇ ਦੌਰਾਨ ਵੀ ਕੁਝ ਪ੍ਰਿਕਾਸ਼ਨ ਰੱਖਣੇ ਬਹੁਤ ਜ਼ਰੂਰੀ ਹੁੰਦੇ ਨੇ। ਸੋ ਇਸ ਤਰ੍ਹਾਂ ਮੋਬਾਈਲ ਫੋਨ ਨੂੰ ਸਾਫ਼ ਰੱਖ ਕੇ ਆਪਾਂ ਜੋ ਕੀਟਾਣੂ ਉਹਦੇ ਨਾਲ ਲੱਗੇ ਨੇ ਉਹਨਾਂ ਤੋਂ ਆਪਣਾ ਬਚਾਅ ਕਰ ਸਕਦੇ ਹਾਂ। ਸੋ ਉਸ ਤੋਂ ਬਾਅਦ ਗੱਲ ਹੁੰਦੀ ਹੈ ਬੇਟਾ ਜੋ ਆਪਣੇ ਸੌਫਟ ਥ੍ਰੈਟਸ ਨੇ। ਇਸ ਤੋਂ ਪਹਿਲਾਂ ਤਾਂ ਆਪਾਂ ਡਿਸਕਸ ਕੀਤਾ ਵੀ ਕਿਸ ਤਰ੍ਹਾਂ ਦੇ ਆਪਣੀ ਫਿਜ਼ੀਕਲ ਬੋਡੀ 'ਤੇ ਕਿਵੇਂ ਦੇ ਅਸਰ ਪੈਂਦੇ ਨੇ, ਉਸ ਤੋਂ ਬਾਅਦ ਹੈ ਕਿ ਇਹਦੀ ਵਰਤੋਂ ਕਰਦੇ ਹੋਏ ਕਿਵੇਂ ਕਿਵੇਂ ਦੇ ਖਤਰੇ ਆਪਾਂ ਨੂੰ ਹੋ ਸਕਦੇ ਨੇ। ਸੋ ਸਭ ਤੋਂ ਪਹਿਲਾਂ ਗੱਲ ਆਉਂਦੀ ਹੈ ਸਾਈਬਰ ਬੁਲਿੰਗ। ਸਾਈਬਰ ਬੁਲਿੰਗ ਤੋਂ ਬੇਟਾ ਭਾਵ ਹੈ ਵੀ ਜਿਸ ਤਰ੍ਹਾਂ ਕੋਈ ਵਾਰੀ ਕੀ ਹੁੰਦਾ ਵੀ ਆਪਾਂ ਸੋਸ਼ਲ ਨੈਟਵਰਕਿੰਗ 'ਤੇ ਕੋਈ ਬੱਚਾ ਜਾਂ ਕਿਸੇ ਦੂਸਰੇ ਬੱਚੇ ਬਾਰੇ ਕੋਈ ਗਲਤ ਵਰਡਿੰਗ ਲਿਖਦਾ ਜਾਂ ਉਹਨੂੰ ਕੋਈ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦਾ ਜਾਂ ਦੂਸਰੇ ਦੀ ਬੇਇੱਜ਼ਤੀ ਕਰਦਾ ਜਾਂ ਕੋਈ ਗਲਤ ਕਮੈਂਟ ਕਰਦਾ, ਇਹ ਸਾਰਾ ਕੁਝ ਸਾਈਬਰ ਬੁਲਿੰਗ ਕਿਹਾ ਜਾਂਦਾ। ਸੋ ਇੱਥੇ ਬੱਚਿਓ ਤੁਹਾਨੂੰ ਇੱਕ ਧਿਆਨ ਦੇਣ ਵਾਲੀ ਗੱਲ ਹੈ, ਬਹੁਤ ਇੰਪੋਰਟੈਂਟ ਹੈ, ਸਾਈਬਰ ਬੁਲਿੰਗ ਹੈ ਜੋ ਉਹ ਕ੍ਰਾਈਮ ਹੈ। ਤੁਸੀਂ ਕਦੇ ਵੀ ਕਿਸੇ ਦੂਸਰੇ ਬੱਚੇ ਬਾਰੇ ਜਾਂ ਕਿਸੇ ਹੋਰ ਪਰਸਨ ਬਾਰੇ ਆਪਾਂ ਨੂੰ ਕਦੇ ਵੀ ਕੋਈ ਗਲਤ ਕਮੈਂਟ ਜਾਂ ਕੋਈ ਭੱਦੀ ਸ਼ਬਦਾਵਲੀ ਜਾਂ ਕੋਈ ਇਸ ਤਰ੍ਹਾਂ ਦੀ ਜਿਹਦੇ ਨਾਲ ਉਹਦੇ ਮਨ ਨੂੰ ਠੇਸ ਪਹੁੰਚੇ, ਆਪਾਂ ਨੂੰ ਇਸ ਤਰ੍ਹਾਂ ਦੀ ਸ਼ਬਦਾਵਲੀ ਜਾਂ ਇਸ ਤਰ੍ਹਾਂ ਦੀ ਕੋਈ ਪੋਸਟ ਕਦੇ ਵੀ ਨਹੀਂ ਪਾਉਣੀ ਚਾਹੀਦੀ। ਇਹ ਜੇ ਤੁਸੀਂ ਕਰਦੇ ਹੋ ਤਾਂ ਤੁਹਾਡੇ ਲਈ ਵੀ ਖਤਰਨਾਕ ਹੈ, ਜੇ ਕੋਈ ਹੋਰ ਕਰਦਾ ਹੈ ਤਾਂ ਉਹਦੇ ਵੀ ਅਗੇਂਸਟ ਇਹਦੇ ਬਾਰੇ ਕੇਸ ਹੋ ਸਕਦਾ। ਸੋ ਇਹ ਬੱਚਿਆਂ ਲਈ ਇਹ ਗੱਲ ਬਹੁਤ ਇੰਪੋਰਟੈਂਟ ਹੈ ਕਿਉਂਕਿ ਫਰੈਂਡ ਸਰਕਲ ਦੇ ਵਿੱਚ ਆਪਾਂ ਇੱਕ ਦੂਸਰੇ ਨੂੰ ਕੁਝ ਇਸ ਤਰ੍ਹਾਂ ਦੇ ਵਰਡਸ ਕਹਿਣ ਲੱਗ ਜਾਂਦੇ ਪਰ ਉਹ ਨਹੀਂ ਕਹਿਣੇ ਚਾਹੀਦੇ। ਸੋ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਸਾਈਬਰ ਬੁਲਿੰਗ। ਅਗਰ ਤੁਹਾਨੂੰ ਲੱਗਦਾ ਹੈ ਵੀ ਸਾਈਬਰ ਬੁਲਿੰਗ ਸਾਡੇ ਖਿਲਾਫ ਕੋਈ ਕਰ ਰਿਹਾ ਹੈ, ਸਭ ਤੋਂ ਪਹਿਲਾਂ ਸਮਝੋ ਇਹ ਵੀ ਸਾਈਬਰ ਬੁਲਿੰਗ ਦੇ ਵਿੱਚ ਹੁੰਦਾ ਕੀ ਹੈ। ਕਿਸੇ ਦੇ ਬਾਰੇ ਕੋਈ ਮਤਲਬ ਉਹਨੂੰ ਉਹਦੇ ਮਨ ਨੂੰ ਦੁੱਖ ਪਹੁੰਚਾਉਣ ਵਾਲੇ ਅਗਰ ਆਪਾਂ ਕੋਈ ਪਿਕਚਰ ਪਾਉਂਦੇ ਹਾਂ, ਕੋਈ ਟੈਕਸਟ ਮੈਸੇਜ ਪਾਉਂਦੇ ਹਾਂ ਜਾਂ ਕੋਈ ਅਫਵਾਹਾਂ ਨੂੰ ਅੱਗੇ ਵਧਾਉਂਦੇ ਹਾਂ ਤਾਂ ਉਹ ਸਾਈਬਰ ਬੁਲਿੰਗ ਦਾ ਹਿੱਸਾ ਮੰਨਿਆ ਜਾਂਦਾ ਹੈ। ਜੇ ਆਪਾਂ ਕਿਸੇ ਪਰਟੀਕੁਲਰਲੀ ਰਿਲੀਜਨ ਬਾਰੇ ਜਾਂ ਕਿਸੇ ਇੱਕ ਕਲਚਰ ਬਾਰੇ ਅਗਰ ਆਪਾਂ ਕੁਝ ਵੀ ਗਲਤ ਪਾਉਂਦੇ ਹਾਂ ਉਹ ਵੀ ਸਾਈਬਰ ਬੁਲਿੰਗ ਦਾ ਹਿੱਸਾ ਮੰਨਿਆ ਜਾਊਗਾ। ਕਿਸੇ ਬਾਰੇ ਆਪਾਂ ਕੋਈ ਫੋਟੋਗ੍ਰਾਫ ਆਨਲਾਈਨ ਕੋਈ ਵੀਡੀਓ ਉਸ ਪਰਸਨ ਦੀ ਪਰਮਿਸ਼ਨ ਤੋਂ ਬਗੈਰ ਅਗਰ ਆਪਾਂ ਪਾਉਂਦੇ ਹਾਂ, ਦੈਟ ਇਜ਼ ਅ ਪਾਰਟ ਆਫ ਸਾਈਬਰ ਬੁਲਿੰਗ।
ਜਾਂ ਕਿਸੇ ਦੇ ਆਪਾਂ ਕੋਈ ਪਾਸਵਰਡ ਨੂੰ ਚੁਰਾਉਣ ਦੀ ਕੋਸ਼ਿਸ਼ ਕਰਦੇ ਹਾਂ, ਜਾਂ ਈਮੇਲ ਨੂੰ ਯੂਜ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਜਾਂ ਕੋਈ ਇਸ ਤਰ੍ਹਾਂ ਦੇ ਕੋਈ ਮੈਸੇਜਸ ਯੂਜ਼ ਕਰਦੇ ਹਾਂ, ਇਹ ਸਾਰਾ ਕੁਝ ਸਾਈਬਰ ਬੁਲਿੰਗ ਦੇ ਵਿੱਚ ਹਿੱਸਾ ਮੰਨੇ ਜਾਂਦੇ ਹਨ। ਸੋ ਸਾਈਬਰ ਬੁਲਿੰਗ ਮਤਲਬ ਕੁਝ ਇਸ ਤਰ੍ਹਾਂ ਦਾ ਹੈ ਪਾਰਟਿਕੂਲਰਲੀ ਬੱਚਿਆਂ ਲਈ। ਅਗਰ ਤੁਹਾਨੂੰ ਵੀ ਲੱਗਦਾ ਵੀ ਤੁਸੀਂ ਤੁਹਾਡੇ ਖਿਲਾਫ ਕੋਈ ਭੱਦੀ ਸ਼ਬਦਾਵਲੀ ਯੂਜ਼ ਕਰ ਰਿਹਾ, ਜਾਂ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਬਲੈਕਮੇਲ ਟਾਈਪ ਕਰ ਰਿਹਾ, ਤਾਂ ਆਪਾਂ ਨੂੰ ਬੱਚਿਆਂ ਨੂੰ ਕੀ ਕਰਨਾ ਚਾਹੀਦਾ, ਪਾਰਟਿਕੂਲਰਲੀ ਸਾਡੀਆਂ ਜੋ ਬੇਟੀਆਂ ਇਹਨਾਂ ਨੂੰ ਇਹ ਗੱਲ ਬੜੇ ਧਿਆਨ ਨਾਲ ਸਮਝਣ ਦੀ ਲੋੜ ਹੈ ਵੀ ਜੇਕਰ ਤੁਹਾਨੂੰ ਕੋਈ ਇਸ ਤਰ੍ਹਾਂ ਦਾ ਮਤਲਬ ਕੋਈ ਮੈਸੇਜ ਆਉਂਦਾ, ਕੋਈ ਭੱਦਾ ਮੈਸੇਜ, ਜਾਂ ਕੋਈ ਭੱਦੀ ਕੋਈ ਤੁਹਾਨੂੰ ਬਲੈਕਮੇਲ ਟਾਈਪ ਕਰਨ ਦੀ ਕੋਸ਼ਿਸ਼ ਕਰਦਾ, ਤਾਂ ਸਭ ਤੋਂ ਪਹਿਲਾਂ ਆਪਾਂ ਕਰਨਾ ਕੀ ਹੈ, ਕਿਹੜੀਆਂ ਗੱਲਾਂ ਧਿਆਨ ਰੱਖਣਾ, ਆਪਾਂ ਨੂੰ ਕਦੇ ਵੀ ਇਸ ਤਰ੍ਹਾਂ ਦੇ ਜੋ ਮੈਸੇਜਸ ਆਉਂਦੇ ਨੇ, ਸਡਨਲੀ ਕਿਸੇ ਅਨਨੋਨ ਪਰਸਨ ਦਾ ਕੋਈ ਮੈਸੇਜ ਆ ਗਿਆ, ਤਾਂ ਆਪਾਂ ਨੂੰ ਰਿਸਪੋਂਡ ਨਹੀਂ ਕਰਨਾ, ਆਪਾਂ ਨੂੰ ਉਸ ਤਰ੍ਹਾਂ ਦੇ ਪਰਸਨ ਨੂੰ ਰਿਸਪੌਂਸ ਕਰਨ ਦੀ ਬਿਲਕੁਲ ਜ਼ਰੂਰਤ ਨਹੀਂ ਹੈ। ਦੂਸਰਾ ਗੱਲ ਇਹ, ਅਗਰ ਤੁਹਾਨੂੰ ਕੋਈ ਭੱਦੀ ਸ਼ਬਦਾਵਲੀ ਜਾਂ ਕੋਈ ਗਲਤ ਕਿਸੇ ਤਰ੍ਹਾਂ ਦਾ ਕੋਈ ਮੈਸੇਜ ਆਉਂਦਾ, ਤਾਂ ਆਪਾਂ ਉਹਨੂੰ ਸੇਵ ਕਰਕੇ ਰੱਖੋ, ਉਹਦਾ ਪ੍ਰੂਫ ਰੱਖੋ, ਉਹਦਾ ਸਕਰੀਨਸ਼ਾਟ ਲੈ ਲਓ ਜਾਂ ਕੁਛ ਇਸ ਤਰ੍ਹਾਂ ਜਿਹਨਾਂ ਤੁਹਾਡੇ ਕੋਲ ਉਹਦੀ ਇਨਫੋਰਮੇਸ਼ਨ ਸੇਵ ਰਹੇ। ਨੈਕਸਟ, ਉਸ ਤੋਂ ਆਪਾਂ ਉਸ ਪਰਸਨ ਨੂੰ ਜਿਹਨੇ ਤੁਹਾਨੂੰ ਇਸ ਤਰ੍ਹਾਂ ਦਾ ਕੋਈ ਮੈਸੇਜ ਭੇਜਿਆ, ਤੁਸੀਂ ਉਹਨੂੰ ਬਲੌਕ ਕਰ ਸਕਦੇ ਹੋ। ਅਗਰ ਉਹ ਅਨਨੋਨ ਹੈ, ਤੁਸੀਂ ਉਹਨੂੰ ਨਹੀਂ ਜਾਣਦੇ, ਜਾਂ ਅਗਰ ਤੁਹਾਡਾ ਕੋਈ ਫਰੈਂਡ ਵੀ ਹੈ, ਤੁਸੀਂ ਨਹੀਂ ਚਾਹੁੰਦੇ ਵੀ ਤੁਹਾਨੂੰ ਉਹ ਦੁਬਾਰਾ ਕੋਈ ਇਸ ਤਰ੍ਹਾਂ ਦਾ ਮੈਸੇਜ ਕਰੇ, ਤੁਸੀਂ ਉਹ ਬਲੌਕ ਕਰ ਸਕਦੇ ਹੋ। ਉਸ ਤੋਂ ਬਾਅਦ ਗੱਲ ਆਉਂਦੀ ਹੈ ਵੀ ਜੇਕਰ ਤੁਹਾਡੇ ਨਾਲ ਕਦੇ ਵੀ ਇਸ ਤਰ੍ਹਾਂ ਦਾ ਕੋਈ ਪ੍ਰੋਬਲਮ ਆਉਂਦੀ ਹੈ, ਯੂ ਟਾਕ ਟੂ ਯੂਰ ਪੇਰੈਂਟਸ, ਤੁਸੀਂ ਆਪਣੇ ਪੇਰੈਂਟਸ ਨਾਲ ਗੱਲ ਜ਼ਰੂਰ ਕਰੋ, ਤੁਸੀਂ ਆਪਣੇ ਟੀਚਰਸ ਨਾਲ ਗੱਲ ਕਰੋ, ਤੁਸੀਂ ਆਪਣੇ ਕਿਸੇ ਵੱਡੇ ਭੈਣ ਭਰਾ ਨਾਲ ਜਿਹੜਾ ਕੋਈ ਤੁਹਾਡਾ ਬਹੁਤ ਹੀ ਟਰਸਟਡ ਫਰੈਂਡ ਹੈ ਕੋਈ, ਤੁਸੀਂ ਉਹਦੇ ਨਾਲ ਡਿਸਕਸ ਕਰੋ। ਉਸ ਤੋਂ ਬਾਅਦ ਹੈ ਤੁਹਾਡੀਆਂ ਜੋ ਵੀ ਐਕਟੀਵਿਟੀਜ਼ ਨੇ ਤੁਹਾਡੀਆਂ ਸੋਸ਼ਲ ਨੈਟਵਰਕਿੰਗ ਦੇ ਉੱਪਰ ਜਾਂ ਕੋਈ ਜਿਸ ਤਰ੍ਹਾਂ ਫੇਸਬੁੱਕ ਦੇ ਉੱਪਰ, ਤੁਸੀਂ ਉਹਨਾਂ ਨੂੰ ਪ੍ਰਾਈਵੇਟ ਰੱਖੋ, ਪਬਲਿਕ ਕਰਕੇ ਨਾ ਕਰੋ। ਨੈਕਸਟ, ਥੋੜ੍ਹਾ ਅਲਰਟ ਰਹੋ, ਬੀ ਅਵੇਅਰ ਵੀ ਕੀ ਚੱਲ ਰਿਹਾ, ਕੌਣ ਹੈ, ਕਿਸ ਤਰ੍ਹਾਂ ਹੈ, ਕੀ ਹੋ ਰਿਹਾ ਅੱਜ ਦੀ ਡੇਟ ਦੇ ਵਿੱਚ, ਇੰਟਰਨੈਟ ਤੇ ਕਿਸ ਤਰ੍ਹਾਂ ਦੇ ਥ੍ਰੈਟਸ ਆ ਰਹੇ ਨੇ, ਥੋੜ੍ਹਾ ਜਿਹਾ ਆਪਾਂ ਨੂੰ ਨਿਊਜ਼ ਦੇ ਪ੍ਰਤੀ ਥੋੜ੍ਹਾ ਅਪਡੇਟ ਰਹਿਣਾ ਇਹਦੇ ਲਈ ਜ਼ਰੂਰੀ ਹੈ। ਸੋ ਮੈਂ ਇੱਥੇ ਬੱਚਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਬੱਚਿਓ, ਅਗਰ ਤੁਹਾਨੂੰ ਕਦੇ ਵੀ ਕੁਝ ਇਸ ਤਰ੍ਹਾਂ ਦਾ ਸਾਈਬਰ ਬੁਲਿੰਗ ਟਾਈਪ ਲੱਗਦਾ, ਤੁਸੀਂ ਉਹਨਾਂ ਨੂੰ ਕਦੇ ਉਸ ਮੈਸੇਜ ਨੂੰ ਕਦੇ ਰਿਸਪੌਂਡ ਨਹੀਂ ਕਰਨਾ ਚਾਹੀਦਾ, ਤੇ ਉਹਨੂੰ ਉਹਦਾ ਸਕਰੀਨਸ਼ਾਟ ਲੈ ਕੇ ਆਪਣੇ ਕੋਲ ਸੇਵ ਕਰਕੇ ਰੱਖੋ, ਤੇ ਸਭ ਤੋਂ ਜ਼ਰੂਰੀ ਆਪਣੇ ਪੇਰੈਂਟਸ ਨਾਲ ਜਾਂ ਆਪਣੇ ਟੀਚਰਸ ਨਾਲ ਇਹਦੇ ਬਾਰੇ ਡਿਸਕਸ ਜ਼ਰੂਰ ਕਰੋ। ਸੋ ਆਪਾਂ ਨੈਕਸਟ ਗੱਲ ਕਰਦੇ ਹਾਂ ਬੱਚਿਓ, ਸਾਈਬਰ ਬੁਲਿੰਗ ਦੇ ਵਿੱਚ ਬੱਚਿਆਂ ਨੂੰ ਕੀ ਨਹੀਂ ਕਰਨਾ ਚਾਹੀਦਾ, ਮਤਲਬ ਤੁਹਾਡੇ ਤੇ ਵੀ ਕਿਸੇ ਤਰ੍ਹਾਂ ਦਾ ਕੋਈ ਬਲੇਮ ਨਾ ਆਵੇ, ਆਪਾਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ, ਕਦੇ ਵੀ ਕਿਸੇ ਆਪਣੇ ਦੋਸਤ ਬਾਰੇ, ਕਿਸੇ ਦੂਸਰੇ ਪਰਸਨ ਬਾਰੇ ਕੁਝ ਇਸ ਤਰ੍ਹਾਂ ਦਾ ਮੈਸੇਜ ਨਾ ਪੋਸਟ ਕਰੋ ਜਿਹਨਾਂ ਉਹਦੀਆਂ ਫੀਲਿੰਗਸ ਹਰਟ ਹੋਣ, ਜਾਂ ਆਪਣੇ ਕਿਸੇ ਦੋਸਤ ਦੀ ਕੋਈ ਇਨਫੋਰਮੇਸ਼ਨ, ਕੋਈ ਉਹਦੀ ਫੋਟੋ ਜਾਂ ਕੋਈ ਪਾਸਵਰਡ, ਕੁਛ ਕੁਛ ਵੀ ਇਨਫੋਰਮੇਸ਼ਨ ਆਪਣੇ ਦੋਸਤ ਬਾਰੇ ਜਨਰਲੀ ਪਬਲਿਕ ਤੌਰ ਤੇ ਕਿਸੇ ਆਪਣੀ ਸੋਸ਼ਲ ਨੈਟਵਰਕਿੰਗ ਸਾਈਟ ਤੇ ਨਾ ਪਾਓ, ਜਾਂ ਕੋਈ ਆਪਣੇ ਦੋਸਤ ਦੀ ਜਾਂ ਆਪਣੇ ਫਰੈਂਡ ਦੀ ਪਰਮਿਸ਼ਨ ਤੋਂ ਬਗੈਰ ਕਦੇ ਵੀ ਕੋਈ ਫੋਟੋ ਆਪਾਂ ਨੂੰ ਇਸ ਤਰ੍ਹਾਂ ਸ਼ੇਅਰ ਨਹੀਂ ਕਰਨੀ ਚਾਹੀਦੀ। ਉਸ ਤੋਂ ਬਾਅਦ ਹੈ ਕਿ ਆਪਾਂ ਨੂੰ ਜਿਸ ਤਰ੍ਹਾਂ ਸੋਸ਼ਲ ਸਾਈਟਸ ਨੇ, ਅਗਰ ਉਹਦੇ ਤੇ ਕੋਈ ਆਪਾਂ ਨੂੰ ਫਰੈਂਡ ਰਿਕੁਐਸਟ ਵਗੈਰਾ ਆਉਂਦੀਆਂ ਨੇ, ਤਾਂ ਆਪਾਂ ਨੂੰ ਅਨਨੋਇੰਗਲੀ ਜਾਂ ਕੁਛ ਇਸ ਤਰ੍ਹਾਂ ਵੀ ਜਿਹਨੂੰ ਆਪਾਂ ਜਾਣਦੇ ਹੀ ਨਹੀਂ ਹੈਗੇ, ਅਨਨੋਨ ਫਰੈਂਡਸ ਨੂੰ ਆਪਾਂ ਨੂੰ ਇਸ ਤਰ੍ਹਾਂ ਅਸੈਪਟ ਨਹੀਂ ਕਰਨੀ। ਸੋ ਆਪਣੀ ਜੋ ਪਰਸਨਲ ਇਨਫੋਰਮੇਸ਼ਨ ਹੈ, ਤੁਹਾਡੀ ਕੋਈ ਪਰਸਨਲ ਇਨਫੋਰਮੇਸ਼ਨ ਆ, ਕਿਸੇ ਵੀ ਤਰ੍ਹਾਂ ਦੀ ਪਾਸਵਰਡ ਵੀ ਹੋ ਸਕਦਾ, ਤੁਹਾਡਾ ਬੈਂਕ ਅਕਾਊਂਟ ਵੀ ਹੋ ਸਕਦਾ, ਤੁਹਾਡੇ ਕੋਈ ਜਾਣ ਆਉਣ ਦੀ ਇਨਫੋਰਮੇਸ਼ਨ ਹੋ ਸਕਦੀ, ਤੁਹਾਡਾ ਪਾਰਟਿਕੂਲਰ ਸ਼ਡਿਊਲ ਹੋ ਸਕਦਾ, ਇਹਨੂੰ ਕਦੇ ਵੀ ਪਬਲਿਕਲੀ ਸ਼ੇਅਰ ਨਾ ਕਰੋ। ਤੁਹਾਡੇ ਜੋ ਪਾਸਵਰਡ ਨੇ ਉਹ ਤਾਂ ਨੈਟ ਦੇ ਉੱਪਰ ਜੋ ਆਪਣੀ ਇੰਟਰਨੈਟ ਸਾਈਟਸ ਨੇ ਉਹਨਾਂ ਉੱਪਰ ਕਦੇ ਵੀ ਸ਼ੇਅਰ ਨਹੀਂ ਕਰਨੇ ਚਾਹੀਦੇ। ਸੋ ਇਹ ਸਾਰੀਆਂ ਗੱਲਾਂ ਦਾ ਧਿਆਨ ਆਪਾਂ ਨੂੰ ਸਾਈਬਰ ਬੁਲਿੰਗ ਤੋਂ ਬਚਣ ਲਈ ਇਹ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਸੋ ਉਸ ਤੋਂ ਬਾਅਦ ਬੱਚਿਓ ਗੱਲ ਆਉਂਦੀ ਹੈ ਵੀ ਐਪਲੀਕੇਸ਼ਨ ਥ੍ਰੈਟਸ। ਹੁਣ ਤੱਕ ਆਪਾਂ ਪਹਿਲਾਂ ਜੋ ਡਿਸਕਸ ਕੀਤਾ, ਆਪਾਂ ਫਿਜ਼ੀਕਲ ਆਪਣੀ ਬਾਡੀ ਨੂੰ ਕੀ ਨੁਕਸਾਨ ਹੋ ਸਕਦੇ ਸੀ, ਫਿਰ ਆਪਾਂ ਸਾਈਬਰ ਬੁਲਿੰਗ ਬਾਰੇ ਡਿਸਕਸ ਕੀਤਾ, ਹੁਣ ਆਉਂਦੇ ਨੇ ਐਪਲੀਕੇਸ਼ਨ ਬੇਸਡ ਥ੍ਰੈਟਸ। ਐਪਲੀਕੇਸ਼ਨ ਬੇਸਡ ਥ੍ਰੈਟਸ ਬੇਟਾ ਇਸ ਤਰ੍ਹਾਂ ਹੁੰਦੇ ਨੇ ਵੀ ਇਹ ਉਹ ਸੌਫਟਵੇਅਰ ਹੁੰਦੇ ਨੇ ਜਿਹੜੇ ਆਪਣੇ ਮੋਬਾਈਲ ਫੋਨ ਦੇ ਵਿੱਚ ਜਾਂ ਆਪਣੇ ਪੀਸੀ ਤੇ ਇੰਸਟਾਲ ਕਰ ਲੈਂਦੇ ਆਪਾਂ ਕਿਸੇ ਇੱਕ ਪਾਰਟੀਕੂਲਰ ਪਰਪਸ ਲਈ, ਪਰ ਉਹਦੇ ਨਾਲ ਕੁਝ ਹੋਰ ਛੋਟੇ ਸੌਫਟਵੇਅਰ ਆਟੋਮੈਟਿਕਲੀ ਇੰਸਟਾਲ ਹੋ ਜਾਂਦੇ ਨੇ, ਜਾਂ ਜਿਹੜਾ ਆਪਾਂ ਸੌਫਟਵੇਅਰ ਹੀ ਆਪਾਂ ਇੰਸਟਾਲ ਕੀਤਾ, ਮੰਨ ਲਓ ਆਪਾਂ ਉਹ ਪਾਰਟੀਕੂਲਰ ਦਾ ਸੋਰਸ ਨਹੀਂ ਦੇਖਿਆ ਵੀ ਕਿੱਥੋਂ ਉਹ ਡਿਵੈਲਪ ਕੀਤਾ, ਕਿਹਨੇ ਕਿਸ ਤਰ੍ਹਾਂ ਕੀਤਾ, ਉਹਦੇ ਵਿੱਚ ਹੀ ਕੁਝ ਇਸ ਤਰ੍ਹਾਂ ਦੀ ਐਕਟੀਵਿਟੀਜ਼ ਹੁੰਦੀਆਂ ਨੇ, ਐਮਬੈਡਡ ਕੀਤੀਆਂ ਹੁੰਦੀਆਂ ਨੇ ਕੋਡਿੰਗ, ਜਿਹਦੇ ਨਾਲ ਆਪਣਾ ਜੋ ਆਪਣੇ ਜੋ ਪੀਸੀ ਦਾ, ਆਪਣੇ ਜੋ ਸੌਫਟਵੇਅਰ, ਆਪਣੇ ਜੋ ਡਿਵਾਈਸ ਹੈ, ਉਹਦੇ ਵਿੱਚ ਉਹ ਮਤਲਬ ਕੁਝ ਮਲੇਸੀਅਸ ਐਕਟੀਵਿਟੀਜ਼ ਕਰਦੇ ਰਹਿੰਦੇ ਆ ਸੌਫਟਵੇਅਰ। ਉਹਨੂੰ ਆਪਾਂ ਚਾਰ ਤਰ੍ਹਾਂ ਦਾ ਵੰਡਦੇ ਬੇਟਾ, ਮਾਲਵੇਅਰਸ ਹੁੰਦੇ ਨੇ, ਸਪਾਈਵੇਅਰਸ ਹੁੰਦੇ ਨੇ, ਪ੍ਰਾਈਵੇਸੀ ਥ੍ਰੈਟਸ ਹੁੰਦੇ ਨੇ, ਵਲਨਰੇਬਲ ਐਪਲੀਕੇਸ਼ਨ ਹੁੰਦੇ ਨੇ। ਸੋ ਬਰੀਫ ਦੇ ਵਿੱਚ ਇਹਨਾਂ ਬਾਰੇ ਤੁਹਾਨੂੰ ਮੈਂ ਇੰਨਾ ਕੁ ਦੱਸਣਾ ਚਾਹੁੰਦਾ ਵੀ ਇਹ ਇਵੇਂ ਦੇ ਸੌਫਟਵੇਅਰ ਹੁੰਦੇ ਨੇ ਜਦੋਂ ਆਪਾਂ ਇੰਸਟਾਲ ਕਰ ਲੈਂਦੇ ਹਾਂ ਜਾਂ ਅਨਨੋਇੰਗਲੀ ਆਪਣੇ ਪੀਸੀ ਤੇ ਆਪਣੇ ਡਿਵਾਈਸ ਤੇ ਇੰਸਟਾਲ ਹੋ ਗਏ, ਤਾਂ ਉਹ
ਆਪਣੀ ਹੀ ਇਨਫੋਰਮੇਸ਼ਨ, ਆਪਣੇ ਡਿਵਾਈਸ ਦੀ ਇਨਫੋਰਮੇਸ਼ਨ ਇੱਥੋਂ ਲੈ ਕੇ ਜੋ ਉਹਨਾਂ ਦਾ ਸਰਵਰ ਹੈ ਉੱਥੇ ਤੱਕ ਭੇਜਦੇ ਰਹਿੰਦੇ, ਜਾਣੀ ਕਿ ਡਾਟਾ ਚੋਰੀ ਹੁੰਦਾ ਰਹਿੰਦਾ ਜਾਂ ਕੁਛ ਉਹਨੂੰ ਅੰਦਰ ਹੀ ਅੰਦਰ ਹੈਕਿੰਗ ਕਰਦੇ ਰਹਿੰਦੇ ਆ, ਪ੍ਰੋਗਰਾਮਿੰਗ ਕਰਦੇ ਆ, ਜਿਹਦੇ ਨਾਲ ਆਪਾਂ ਨੂੰ ਪਤਾ ਨਹੀਂ ਲੱਗਦਾ ਫਰੰਟ ਤੋਂ ਵੀ ਉਹ ਪਿੱਛੇ ਬੈਕ ਐਂਡ ਤੇ ਸੌਫਟਵੇਅਰ ਕੀ ਕੰਮ ਕਰ ਰਿਹਾ। ਸੋ ਇਹਨਾਂ ਤੋਂ ਆਪਾਂ ਬਚਣਾ ਹੁੰਦਾ ਹੈ। ਇਹਦਾ ਮਤਲਬ ਇਹ ਹੁੰਦਾ ਵੀ ਆਪਾਂ ਕਿਸੇ ਵੀ ਅਨਨੋਨ ਸੋਰਸ ਤੋਂ ਆਪਾਂ ਕੋਈ ਵੀ ਜੋ ਸੌਫਟਵੇਅਰ ਹੈ ਇੰਸਟਾਲ ਨਹੀਂ ਕਰਨਾ। ਜਦੋਂ ਆਪਾਂ ਸੌਫਟਵੇਅਰ ਇੰਸਟਾਲ ਕਰਨਾ ਤਾਂ ਪਹਿਲਾਂ ਉਹਦੇ ਉਹਦਾ ਸੋਰਸ ਦੇਖੀਦਾ ਆਪਾਂ ਕਿੱਥੋਂ ਕਰ ਰਹੇ ਹਾਂ ਇੰਸਟਾਲ। ਸੋ ਇਹ ਥੋੜ੍ਹਾ ਜਿਹਾ ਸੀ ਬਰੀਫ ਇਹਦੇ ਵਿੱਚ ਆਪਣੇ ਜੋ ਐਪਲੀਕੇਸ਼ਨ ਜੋ ਆਪਾਂ ਸੌਫਟਵੇਅਰ ਇੰਸਟਾਲ ਕਰਦੇ ਹਾਂ ਉਹਨਾਂ ਤੋਂ ਕੀ ਇਸ ਤਰ੍ਹਾਂ ਧਿਆਨ ਰੱਖਣਾ। ਤਾਂ ਅੱਗੇ ਹੁੰਦਾ ਵੈਬ ਬੇਸਡ ਬੇੜਾ। ਇੰਟਰਨੈਟ ਦੇ ਉੱਪਰ ਜਦੋਂ ਕੰਮ ਕਰਦੇ ਆ ਆਪਾਂ ਨੂੰ ਕਈ ਤਰ੍ਹਾਂ ਦੇ ਉਦੋਂ ਕੁਛ ਇਸ ਤਰ੍ਹਾਂ ਦੇ ਖਤਰੇ ਹੁੰਦੇ ਨੇ ਜਿਹਨਾਂ ਦਾ ਆਪਾਂ ਧਿਆਨ ਰੱਖਣਾ ਹੁੰਦਾ। ਇਹਨੂੰ ਆਪਾਂ ਤਿੰਨ ਹਿੱਸਿਆਂ 'ਚ ਵੰਡਦੇ ਆ। ਪਹਿਲਾਂ ਫਿਸ਼ਿੰਗ ਸਕੈਮਸ ਹੁੰਦੇ ਨੇ, ਡਰਾਈਵ ਬਾਈ ਡਾਊਨਲੋਡ, ਬਰਾਊਜ਼ਰ ਐਕਸਪਲੋਇਟਸ ਹੁੰਦੇ ਨੇ। ਸੋ ਬਰੀਫ ਦੇ ਵਿੱਚ ਇਹ ਦੱਸਦਾ ਵੀ ਇਹ ਇਵੇਂ ਦੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਆਪਦੇ ਆਪ ਡਾਊਨਲੋਡ ਹੋ ਜਾਂਦੀਆਂ ਜਾਂ ਆਪਦੇ ਆਪ ਆਪਣੇ ਸਾਹਮਣੇ ਆਉਂਦੀਆਂ, ਆਪਾਂ ਅਨੋਇੰਗਲੀ ਉਹਨੂੰ ਕਲਿੱਕ ਕਰ ਦਿੰਦੇ ਹਾਂ। ਜਾਂ ਕਈ ਵਾਰੀ ਤੁਸੀਂ ਦੇਖਿਆ ਹੋਊਗਾ ਵੀ ਆਪਾਂ ਇੰਟਰਨੈਟ ਚਲਾਇਆ ਤਾਂ ਦੂਸਰੀਆਂ ਕੁਛ ਸਾਈਟਸ ਆਪਦੇ ਆਪ ਖੁੱਲਦੀਆਂ ਰਹਿੰਦੀਆਂ ਨੇ, ਆਪਾਂ ਖੋਲੀ ਨਹੀਂ ਹੁੰਦੀਆਂ, ਸਾਈਟਸ ਆਪਦੇ ਆਪ ਖੁੱਲਦੀਆਂ ਰਹਿੰਦੀਆਂ ਨੇ। ਸੋ ਇਹ ਸਾਰੀਆਂ ਇੰਟਰਨੈਟ ਨਾਲ ਜੁੜੀਆਂ ਹੋਈਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕਿ ਆਪਾਂ ਚਾਹੁੰਦੇ ਨਹੀਂ ਪਰ ਉਹ ਹੁੰਦੀਆਂ ਰਹਿੰਦੀਆਂ ਨੇ, ਤੇ ਉਹ ਕੁਛ ਇਸ ਤਰ੍ਹਾਂ ਉਹਨਾਂ ਨੇ ਡਿਜ਼ਾਈਨ ਕੀਤੀਆਂ ਹੁੰਦੀਆਂ ਨੇ ਵੀ ਜਿਹਦੇ ਨਾਲ ਆਪਣਾ ਜੋ ਡਾਟਾ ਹੈ, ਆਪਣੀ ਜੋ ਪ੍ਰਾਈਵੇਸੀ ਹੈ, ਆਪਣਾ ਜੋ ਡਿਵਾਈਸ ਹੈ ਉਹਦੇ ਨਾਲ ਉਹਨੂੰ ਨੁਕਸਾਨ ਹੁੰਦਾ ਹੈ। ਉਹ ਨੁਕਸਾਨ ਕਿਵੇਂ ਹੁੰਦਾ ਮੈਂ ਅੱਗੇ ਕੁਛ ਐਗਜ਼ਾਮਪਲ ਤੁਹਾਡੇ ਨਾਲ ਡਿਸਕਸ ਕਰੂੰਗਾ ਇਸ ਤਰ੍ਹਾਂ ਦੇ ਵੈਬ ਬੇਸਡ ਥ੍ਰੈਟਸ ਬਾਰੇ। ਸੋ ਪਹਿਲਾਂ ਆਪਾਂ ਡਿਸਕਸ ਕੀਤਾ ਸੀ ਐਪਲੀਕੇਸ਼ਨ ਥ੍ਰੈਟਸ, ਇਹ ਨੇ ਵੈਬ ਬੇਸਡ ਥ੍ਰੈਟਸ। ਨੈਕਸਟ ਕੁਛ ਆਉਂਦੇ ਨੇ ਨੈਟਵਰਕ ਥ੍ਰੈਟਸ। ਨੈਟਵਰਕ ਥ੍ਰੈਟਸ ਤੋਂ ਭਾਵ ਹੈ ਵੀ ਆਪਣਾ ਜੋ ਇੰਟਰਨੈਟ ਹੈ, ਅਗਰ ਕਿਸੇ ਨੇ ਉਹ ਇੰਟਰਨੈਟ ਹੈਕ ਕਰ ਲਿਆ ਜਾਂ ਕਿਸੇ ਨੇ ਆਪਣਾ ਵਾਈਫਾਈ ਹੈਕ ਕਰ ਲਿਆ ਜਾਂ ਆਪਣੇ ਵਾਈਫਾਈ ਦੇ ਵਿੱਚੋਂ ਇੱਕ ਤਰ੍ਹਾਂ ਦੀ ਮਤਲਬ ਚੋਰੀ ਕਰਨ ਲੱਗ ਗਏ ਕੋਈ ਡਾਟਾ, ਜੋ ਆਪਾਂ ਇਨਫੋਰਮੇਸ਼ਨ ਕੋਈ ਮੈਸੇਜ ਭੇਜ ਰਹੇ ਹਾਂ, ਮੈਸੇਜ ਆ ਰਹੇ ਨੇ, ਉਹਨੂੰ ਅਗਰ ਵਿੱਚੋਂ ਕਿਸੇ ਨੇ ਕੋਈ ਕੋਡਿੰਗ ਜਾਂ ਉਹਨੂੰ ਹੈਕ ਕਰ ਲਿਆ, ਉਹਨੂੰ ਵਾਈਫਾਈ ਸਨੀਫਿੰਗ ਵੀ ਬੋਲਦੇ ਨੇ। ਸੋ ਇਹ ਇਹਦਾ ਛੋਟਾ ਐਗਜ਼ਾਮਪਲ ਤੁਹਾਨੂੰ ਇਹ ਦਿੰਦਾ ਸਮਝਣ ਲਈ ਵੀ ਜਿਸ ਤਰ੍ਹਾਂ ਆਪਣਾ ਵਾਈਫਾਈ ਆਪਾਂ ਆਪਣਾ ਹੌਟਸਪੋਟ ਔਨ ਕੀਤਾ ਜਾਂ ਆਪਾਂ ਘਰੇ ਵਾਈਫਾਈ ਲਗਵਾਇਆ, ਅਗਰ ਉਹ ਪਾਸਵਰਡ ਪ੍ਰੋਟੈਕਟਡ ਨਹੀਂ ਆ ਤਾਂ ਕੋਈ ਵੀ ਦੂਸਰਾ ਕੋਈ ਆਪਣੇ ਨੇੜੇ ਰਹਿਣ ਵਾਲਾ ਉਸ ਵਾਈਫਾਈ ਨੂੰ ਜਾਂ ਉਸ ਆਪਣੇ ਇੰਟਰਨੈਟ ਨੂੰ ਯੂਜ਼ ਕਰ ਸਕਦਾ ਤੇ ਉਹ ਇੰਟਰਨੈਟ ਦੇ ਰਾਹੀਂ ਆਪਣੇ ਡਿਵਾਈਸ ਤੱਕ ਵੀ ਪਹੁੰਚ ਕਰ ਸਕਦਾ ਉਹ ਪਰਸਨ। ਸੋ ਇਹ ਹੁੰਦੇ ਨੇ ਆਪਣੇ ਨੈਟਵਰਕ ਰਿਲੇਟਡ ਥ੍ਰੈਟਸ। ਸੋ ਹੁਣ ਬੇਟਾ ਮੈਂ ਤੁਹਾਡਾ ਡਿਸਕਸ ਕਰਦਾ ਵੀ ਕੁਛ ਐਗਜ਼ਾਮਪਲਸ ਵੀ ਜਿਹੜੇ ਆਪਾਂ ਪਿੱਛੇ ਡਿਸਕਸ ਕੀਤਾ ਵੀ ਮਾਲਵੇਅਰ ਹੁੰਦੇ ਨੇ ਜਾਂ ਫਿਸ਼ਿੰਗ ਮੈਸੇਜਸ ਹੁੰਦੇ ਨੇ, ਇਹ ਕਿਵੇਂ ਦੇ ਹੁੰਦੇ ਨੇ। ਤੁਸੀਂ ਕਈ ਵਾਰ ਵੇਖਿਆ ਹੋਊਗਾ ਬੈਟ ਅੱਜੋ ਆਪਾਂ ਨੂੰ ਮੈਸੇਜ ਆਉਂਦਾ ਜਿਹਦੇ ਵਿੱਚ ਬੜਾ ਲਿਖਿਆ ਹੁੰਦਾ ਵੀ ਤੁਹਾਡੀ 1 ਕਰੋੜ ਦੀ ਲਾਟਰੀ ਲੱਗੀ ਹੈ, ਤੁਸੀਂ ਲਾਟਰੀ ਲਈ ਇਸ ਲਿੰਕ ਤੇ ਕਲਿੱਕ ਕਰੋ, ਜਾਂ ਜਿਸ ਤਰ੍ਹਾਂ ਤੁਹਾਡੇ ਸਾਹਮਣੇ ਸਕਰੀਨ ਤੇ ਸ਼ੋ ਹੋ ਰਹੇ ਨੇ ਵੀ ਇਹ ਵੇਖ ਕਰਕੇ ਕੋਈ ਮੈਸੇਜ ਆਇਆ ਥੱਲੇ ਇੱਕ ਪਾਰਟੀਕੁਲਰ ਦਿੱਤਾ ਵੀ ਤੁਸੀਂ ਇਸ ਲਿੰਕ ਦੇ ਉੱਪਰ ਕਲਿੱਕ ਕਰੋ ਆਪਣਾ ਇਹ ਰਿਵਾਰਡ ਲੈਣ ਲਈ ਜਾਂ ਜ਼ਿਆਦਾ ਇਨਫੋਰਮੇਸ਼ਨ ਲਈ। ਜੇ ਤੁਸੀਂ ਇੰਨੇ ਪੈਸੇ ਤੁਹਾਡੇ ਖਾਤੇ 'ਚ ਪੈ ਜਾਣਗੇ ਤਾਂ ਆਪਣਾ ਖਾਤਾ ਨੰਬਰ ਭਰ ਲਈ ਇਸ ਥੱਲੇ ਉੱਤੇ ਕੋਈ ਲਿੰਕ ਤੇ ਕਲਿੱਕ ਕਰੋ। ਸੋ ਇਹ ਜਿਹੜੇ ਮੈਸੇਜਸ ਹੁੰਦੇ ਨੇ ਇਹਨਾਂ ਨੂੰ ਫਿਸ਼ਿੰਗ ਮੈਸੇਜਸ ਕਹਿੰਦੇ ਆ ਜਾਂ ਫੇਕ ਮੈਸੇਜਸ ਵੀ ਬੋਲਦੇ ਆ। ਹੁੰਦਾ ਕੀ ਹੈ ਵੀ ਆਪਾਂ ਨੂੰ ਮੈਸੇਜ ਆਇਆ, ਆਪਾਂ ਮੈਸੇਜ ਪੜਿਆ, ਥੱਲੇ ਲਿੰਕ ਦਿੱਤਾ, ਮੈਸੇਜ ਦੇ ਵਿੱਚ ਕੁਛ ਨਾ ਕੁਛ ਇਵੇਂ ਦਾ ਅਟਰੈਕਟਿਵ ਲਿਖਿਆ ਹੁੰਦਾ ਵੀ ਜਿਸ ਤਰ੍ਹਾਂ ਲਿਖਿਆ ਹੋਊਗਾ ਵੀ ਤੁਹਾਡੇ ਲਈ ਗਿਫਟ ਹੈ, ਉਸ ਥੱਲੇ ਕਲਿੱਕ ਕਰੋ। ਤਾਂ ਬੱਚੇ ਗਲਤੀ ਨਾਲ ਉਸ ਲਿੰਕ ਦੇ ਉੱਪਰ ਕਲਿੱਕ ਕਰਦੇ ਨੇ, ਜਦੋਂ ਵੀ ਬੱਚੇ ਲਿੰਕ ਤੇ ਕਲਿੱਕ ਕਰਦੇ ਆ ਤਾਂ ਉਹ ਇੱਕ ਪਾਰਟੀਕੁਲਰ ਸਾਈਟ ਖੁੱਲਦੀ ਹੈ ਜਿਹੜੀ ਕਿ ਅਸਲੀ ਸਾਈਟ ਨਹੀਂ ਹੁੰਦੀ। ਤਾਂ ਉਹ ਜਦੋਂ ਸਾਈਟ ਖੁੱਲਦੀ ਆ, ਉਹ ਸਾਈਟ ਖੁੱਲਣ ਦੇ ਨਾਲ ਹੀ ਆਟੋਮੈਟਿਕਲੀ ਆਪਣੇ ਡਿਵਾਈਸ ਦੇ ਉੱਤੇ ਕੋਈ ਨਾ ਕੋਈ ਮਾਲਵੇਅਰ ਜਾਂ ਵਾਇਰਸ ਡਾਊਨਲੋਡ ਹੋ ਜਾਂਦਾ ਹੈ, ਜਾਂ ਫਿਰ ਉਹ ਜੋ ਆਪਾਂ ਸਾਈਟ ਖੋਲਦੇ ਆ ਉਹ ਤੇ ਉਹਨਾਂ ਨੇ ਦਿੱਤੇ ਹੋਣਗੇ ਤੁਸੀਂ ਆਪਣੀ ਇਨਫੋਰਮੇਸ਼ਨ ਇੱਥੇ ਭਰੋ। ਜਦੋਂ ਆਪਾਂ ਇਨਫੋਰਮੇਸ਼ਨ ਮੰਨ ਲਓ ਬੈਂਕ ਅਕਾਊਂਟ ਦੀ ਇਨਫੋਰਮੇਸ਼ਨ ਉਹਨਾਂ ਨੇ ਮੰਗੀ, ਆਪਾਂ ਬੈਂਕ ਦੀ ਭਰੀ, ਤਾਂ ਨਾਲ ਦੇ ਨਾਲ ਉਹਨਾਂ ਨੇ ਆਪਣਾ ਜੋ ਅਕਾਊਂਟ ਆ ਉਹ ਹੈਕ ਕਰ ਸਕਦੇ ਨੇ। ਸੋ ਇਸ ਤਰ੍ਹਾਂ ਦੇ ਜੋ ਮੈਸੇਜਸ ਆਉਂਦੇ ਨੇ ਇਹ ਜ਼ਿਆਦਾਤਰ ਫੇਕ ਹੁੰਦੇ ਨੇ। ਜੇ ਕੋਈ ਮੈਸੇਜ ਆ ਉਹਦੇ ਵਿੱਚ ਲਿੰਕ ਦਿੱਤਾ ਤਾਂ ਪਹਿਲਾਂ ਆਪਾਂ ਨੂੰ ਉਸ ਲਿੰਕ ਬਾਰੇ ਪੜ੍ਹਨਾ ਬਹੁਤ ਜ਼ਰੂਰੀ ਹੁੰਦਾ। ਸੋ ਇਹ ਅੱਜ ਦੀ ਡੇਟ ਦੇ ਵਿੱਚ ਇਸ ਤਰ੍ਹਾਂ ਦੇ ਜੋ ਇਹ ਥ੍ਰੈਟ ਹੈ ਇਹ ਬਹੁਤ ਜ਼ਿਆਦਾ ਚੱਲ ਰਿਹਾ ਤੇ ਬੱਚਿਆਂ ਨੂੰ ਇਸ ਤਰ੍ਹਾਂ ਦੇ ਮੈਸੇਜਸ ਨੂੰ ਕਦੇ ਵੀ ਆਪਣੇ ਆਪ ਇਸ ਦਾ ਲਿੰਕ ਦੇ ਉੱਪਰ ਕਲਿੱਕ ਨਹੀਂ ਕਰਨਾ ਹੁੰਦਾ। ਇੱਕ ਪਿਛਲੇ ਕੁਝ ਦਿਨਾਂ ਦੇ ਵਿੱਚ ਇਹ ਇਸ ਤਰ੍ਹਾਂ ਦਾ ਇੱਕ ਮੈਸੇਜ ਕਾਫੀ ਵਾਇਰਲ ਹੁੰਦਾ ਰਿਹਾ ਜਿਹਦੇ ਵਿੱਚ ਲਿਖਿਆ ਸੀ ਵੀ ਕੋਈ ਇੱਕ ਪਾਰਟੀਕੁਲਰ ਕੰਪਨੀ ਇਸ ਤਰ੍ਹਾਂ ਦਾ ਰੀਚਾਰਜ ਕਰ ਰਹੀ ਹੈ, ਤੁਸੀਂ ਉਹ ਰੀਚਾਰਜ ਕਰਨ ਲਈ ਇਸ ਦਿੱਤੇ ਹੋਏ ਲਿੰਕ ਤੇ ਕਲਿੱਕ ਕਰੋ। ਇਸ ਤਰ੍ਹਾਂ ਦੇ ਜੋ ਐਗਜ਼ਾਮਪਲ ਨੇ ਉਹ ਜ਼ਿਆਦਾਤਰ ਫੇਕ ਹੁੰਦੇ ਨੇ ਬੇਟਾ। ਜੋ ਤੁਸੀਂ ਅਗਰ ਕਈ ਬੱਚਿਆਂ ਨੇ ਇਸ ਤਰ੍ਹਾਂ ਦਾ ਲੈਣ ਲਈ ਉਹਨੂੰ ਲਿੰਕ ਤੇ ਕਲਿੱਕ ਕਰਦੇ ਆ, ਜਦੋਂ ਲਿੰਕ ਤੇ ਕਲਿੱਕ ਕਰਦੇ ਆ ਤਾਂ ਕੋਈ ਹੋਰ ਕੰਪਨੀ ਦੀ ਫੇਕ ਸਾਈਟ ਖੁੱਲਦੀ ਆ, ਉਹਦੇ ਤੇ ਆਪਣਾ ਫੋਨ ਨੰਬਰ ਭਰੋ, ਇਹ ਭਰੋ, ਸਾਰਾ ਕੁਝ ਭਰਨ ਨੂੰ ਕਹਿੰਦੇ ਆ, ਆਪਣੀ ਸਾਰੀ ਇਨਫੋਰਮੇਸ਼ਨ ਉਹਨਾਂ ਕੋਲ ਚਲੀ ਜਾਂਦੀ ਆ, ਆਪਾਂ ਨੂੰ ਕੋਈ ਰੀਚਾਰਜ ਨਹੀਂ ਮਿਲਦਾ, ਕੋਈ ਕੁਝ ਨਹੀਂ ਹੁੰਦਾ। ਸੋ
ਇਹਦੇ ਵਿੱਚ ਇਹ ਵੀ ਦਿੱਤਾ ਹੁੰਦਾ ਕਈ ਵਾਰੀ ਵੀ ਜੇ ਤੁਸੀਂ ਇਹ ਮੈਸੇਜ ਅੱਗੇ ਫਾਰਵਰਡ ਕਰੋਗੇ 10 ਬੰਦਿਆਂ ਨੂੰ ਜਾਂ 15 ਬੰਦਿਆਂ ਨੂੰ ਤਾਂ ਤੁਹਾਡਾ ਫੋਨ ਰੀਚਾਰਜ ਹੋ ਜਾਊਗਾ। ਇਵੇਂ ਕਦੇ ਵੀ ਨਹੀਂ ਹੁੰਦਾ, ਆਪਾਂ ਨੂੰ ਇਵੇਂ ਦੇ ਮੈਸੇਜਸ ਨੂੰ ਕਦੇ ਵੀ ਫਾਰਵਰਡ ਨਹੀਂ ਕਰਨਾ, ਕਦੇ ਵੀ ਇਹਨਾਂ ਦਿੱਤੇ ਹੋਏ ਲਿੰਕ ਦੇ ਉੱਪਰ ਕਲਿੱਕ ਨਹੀਂ ਕਰਨਾ। ਇਹ 99% ਇਸ ਤਰ੍ਹਾਂ ਦੇ ਮੈਸੇਜਸ ਨੇ ਜੋ ਫੇਕ ਹੁੰਦੇ ਆ। ਅਗਰ ਫਿਰ ਵੀ ਤੁਹਾਨੂੰ ਲੱਗੇ ਵੀ ਹਾਂ ਇਸ ਤਰ੍ਹਾਂ ਦਾ ਕੁਝ ਹੈ, ਵੀ ਇਸ ਤਰ੍ਹਾਂ ਦੀ ਕੋਈ ਸਕੀਮ ਆਈ ਹੈ, ਤਾਂ ਜੋ ਉਸ ਕੰਪਨੀ ਦੀ ਜਾਂ ਉਸ ਇੰਸਟੀਚਿਊਟ ਦੀ ਜਾਂ ਉਸ ਏਜੰਸੀ ਦੀ ਜੋ ਆਫੀਸ਼ੀਅਲ ਵੈਬਸਾਈਟ ਹੈ ਹਮੇਸ਼ਾ ਉਹ ਖੋਲ ਕੇ ਦੇਖੋ, ਨਾ ਕਿ ਦਿੱਤੇ ਹੋਏ ਲਿੰਕ ਤੇ ਕਲਿੱਕ ਕਰੋ। ਸੋ ਇਹ ਬਹੁਤ ਜ਼ਰੂਰੀ ਹੈ ਬੱਚਿਆਂ ਲਈ। ਉਸ ਤੋਂ ਗੱਲ ਅੱਗੇ ਹੁੰਦੀ ਬੇਟਾ ਵੀ ਬਹੁਤ ਵਾਰੀ ਕੀ ਹੁੰਦਾ ਵੀ ਮੰਨ ਲਓ ਫੋਨ ਆਪਣੇ ਕੋਲ ਹੈ, ਆਪਾਂ ਨੂੰ ਕਾਲਸ ਆਉਂਦੀਆਂ ਨੇ, ਕੋਈ ਪਰਟੀਕੁਲਰ ਇੱਕ ਬੰਦਾ ਬੋਲਦਾ ਵੀ ਮੈਂ ਕਿਸੇ ਇੱਕ ABC ਬੈਂਕ ਤੋਂ ਬੋਲ ਰਿਹਾ ਵੀ ਤੁਹਾਨੂੰ ਇੰਨੇ ਪੈਸੇ ਟ੍ਰਾਂਸਫਰ ਕਰਨੇ ਆ, ਤੁਹਾਡਾ ਬੈਂਕ ਦਾ ਅਕਾਊਂਟ ਦਾ ਡਿਟੇਲ ਬੋਲੋ ਜਾਂ ਤੁਹਾਡਾ ਮੋਬਾਈਲ ਨੰਬਰ ਬੋਲੋ, ਜਾਂ ਪੁੱਛਣਗੇ ਵੀ ਅਸੀਂ ਤੁਹਾਨੂੰ ਇੱਕ OTP ਭੇਜਦੇ ਆ, ਤੁਸੀਂ ਉਹ OTP ਸਾਨੂੰ ਦੱਸੋ। ਸੋ ਇਸ ਤਰ੍ਹਾਂ ਦੀਆਂ ਜੋ ਕਾਲਸ ਨੇ ਇਹ ਫੇਕ ਕਾਲਸ ਹੁੰਦੀਆਂ ਨੇ। ਮੰਨ ਲਓ ਕਿਸੇ ਨੇ ਆਪਣਾ ਕੋਈ ਕ੍ਰੈਡਿਟ ਕਾਰਡ ਦੀ ਡਿਟੇਲ ਹੈਕ ਕਰ ਲਈ, ਉੱਥੋਂ ਉਹ ਕੋਈ ਉਹਨੂੰ ਪੇਮੈਂਟ ਟ੍ਰਾਂਸਫਰ ਕਰਨ ਦੀ ਕੋਸ਼ਿਸ਼ ਕਰ ਰਿਹਾ ਤਾਂ ਉਹਦਾ OTP ਆਉਣਾ ਹੁੰਦਾ, ਜੇ ਆਪਾਂ OTP ਉਹਨਾਂ ਨੂੰ ਦੱਸਤਾ ਤਾਂ ਉਹਨਾਂ ਦੇ ਖਾਤੇ 'ਚ ਪੇਮੈਂਟ ਟ੍ਰਾਂਸਫਰ ਹੋ ਜੂਗੀ। ਸੋ ਇਸ ਤਰ੍ਹਾਂ ਦੇ ਇਹ ਫਰੌਡ ਕਾਲਸ ਬਹੁਤ ਸਾਰੀਆਂ ਆਉਂਦੀਆਂ ਨੇ। ਆਪਾਂ ਨੂੰ ਇੱਕ ਗੱਲ ਦਾ ਧਿਆਨ ਰੱਖਣਾ ਹੁੰਦਾ ਵੀ ਜੋ ਬੈਂਕ ਨੇ ਉਹ ਕਦੇ ਵੀ ਆਪਣੇ ਤੋਂ OTP ਬਾਰੇ ਜਾਂ ਇਸ ਤਰ੍ਹਾਂ ਦੀ ਕੋਈ ਆਪਣੇ ਅਕਾਊਂਟ ਬਾਰੇ ਫੋਨ ਕਰਕੇ ਕਦੇ ਵੀ ਕੋਈ ਇਨਫੋਰਮੇਸ਼ਨ ਨਹੀਂ ਮੰਗਦੇ। ਅਗਰ ਤੁਹਾਡੇ ਤੋਂ ਤੁਹਾਡੇ ਅਕਾਊਂਟ ਬਾਰੇ ਜਾਂ ਕਿਸੇ ਤਰ੍ਹਾਂ ਦੇ ਕੋਈ OTP ਬਾਰੇ ਕੋਈ ਇਨਫੋਰਮੇਸ਼ਨ ਲੈ ਰਿਹਾ, ਇਟ ਮੀਨਸ ਉਹ ਕਾਲ ਫੇਕ ਹੈ। ਸੋ ਆਪਾਂ ਇਹਨਾਂ ਦੀ ਜੋ ਇਸ ਤਰ੍ਹਾਂ ਦੀਆਂ ਜੋ ਫੇਕ ਕਾਲਸ ਆਉਂਦੀ ਉਹਨਾਂ ਦੀ ਗੱਲਾਂ ਵਿੱਚ ਕਦੇ ਵੀ ਨਹੀਂ ਆਉਣਾ, ਕਿਉਂਕਿ ਆਪਣੇ ਨਾਲ ਉਹ ਗੱਲਾਂ ਕਰਦੇ ਨੇ ਬਹੁਤ ਵਧੀਆ ਤਰੀਕੇ ਨਾਲ, ਪਰ ਉਹਨਾਂ ਦੇ ਜੋ ਮਾਈਂਡ ਦੇ ਵਿੱਚ ਹੁੰਦਾ ਉਹ ਕੁਝ ਗਲਤ ਚੱਲ ਰਿਹਾ ਹੁੰਦਾ। ਸੋ ਬੀ ਕੇਅਰਫੁਲ, ਇਸ ਤਰ੍ਹਾਂ ਦੀ ਫੇਕ ਕਾਲਸ ਤੋਂ ਆਪਾਂ ਬਚਣਾ ਹੈ। ਉਸ ਤੋਂ ਬਾਅਦ ਗੱਲ ਹੁੰਦੀ ਹੈ ਬੇਟਾ ਫੇਕ ਵੈਬਸਾਈਟਸ ਦੀ। ਕਈ ਵਾਰੀ ਕੀ ਹੁੰਦਾ ਵੀ ਆਪਾਂ ਜਿਸ ਤਰ੍ਹਾਂ ਆਪਾਂ ਨੂੰ ਮੈਸੇਜ ਆਇਆ, ਆਪਾਂ ਲਿੰਕ ਤੇ ਕਲਿੱਕ ਕੀਤਾ, ਇੱਕ ਐਗਜ਼ਾਮਪਲ ਲੈ ਕੇ ਚੱਲਦਾ, ਮੰਨ ਲਓ ਆਪਾਂ ਨੂੰ ਜਿਵੇਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਵੀ SBI ਸਾਈਟ ਦਾ ਕਿਸੇ ਨੇ ਕੋਈ ਲਿੰਕ ਭੇਜਿਆ ਵੀ ਤੁਸੀਂ ਇਸ ਸਾਈਟ ਦੇ ਉੱਤੇ ਜਾ ਕੇ ਵੀ ਤੁਸੀਂ ਆਪਣਾ ਇਸ ਤਰ੍ਹਾਂ ਆਪਣੀ ਪੇਮੈਂਟ ਕਰ ਸਕਦੇ ਹੋ। ਇਹ ਕੀ ਹੁੰਦਾ, ਕੁਝ ਫੇਕ ਵੈਬਸਾਈਟਸ ਬਣਾਈਆਂ ਹੁੰਦੀਆਂ ਨੇ ਜਿਹੜੀਆਂ ਕਿ ਦੇਖਣ ਨੂੰ ਬਿਲਕੁਲ ਓਰਿਜਿਨਲ ਵੈਬਸਾਈਟ ਵਰਗੀਆਂ ਲੱਗਦੀਆਂ। ਜਿਸ ਤਰ੍ਹਾਂ ਤੁਹਾਨੂੰ ਇਹ ਦੇਖਣ ਨੂੰ ਲੱਗਦਾ ਹੋਊਗਾ ਸ਼ਾਇਦ SBI ਸਟੇਟ ਆਫ ਇੰਡੀਆ ਦੀ ਵੈਬਸਾਈਟ ਆ, ਪਰ ਨਹੀਂ। ਜੇ ਤੁਸੀਂ ਇਹਦਾ ਲਿੰਕ ਚੈੱਕ ਕਰੋਗੇ ਬੇਟਾ, ਇਹਦਾ ਜੋ ਉੱਪਰ ਐਡਰੈਸ ਦਿੱਤਾ ਹੁੰਦਾ ਜਿਹਨੂੰ ਮੈਂ ਹਾਈਲਾਈਟ ਕੀਤਾ ਹੋਇਆ ਇਹਦੇ ਵਿੱਚ ਆਪਣੇ ਰੈੱਡ ਸਰਕਲ ਦੇ ਵਿੱਚ, ਦੇਖੋ ਇਹ ਐਡਰੈਸ SBI ਦਾ ਨਹੀਂ ਹੈ। SBI ਦਾ ਜੋ ਐਡਰੈਸ ਹੈ ਤੁਸੀਂ ਉਹਨੂੰ ਗੂਗਲ ਤੇ ਪਹਿਲਾਂ ਸਰਚ ਕਰ ਸਕਦੇ ਹੋ ਵੀ SBI ਆਨਲਾਈਨ ਬੈਂਕਿੰਗ ਜਾਂ ਕੁਝ ਵੀ, ਜਾਂ ਕੋਈ ਵੀ ਆਪਣੀ ਬੈਂਕ ਹੈ ਉਹਨੂੰ ਆਪਾਂ ਗੂਗਲ ਤੇ ਪਹਿਲਾਂ ਸਰਚ ਕਰਕੇ ਦੇਖਣਾ ਵੀ ਉਹਦੀ ਐਕਚੁਅਲ ਅਸਲੀ ਐਡਰੈਸ ਉਹਦਾ ਹੈ ਕੀ। ਜੇ ਆਪਾਂ ਸਿਰਫ ਵੈਬਸਾਈਟ ਦੇਖੀ, ਵੈਬਸਾਈਟ ਦਾ ਬਿਲਕੁਲ ਡਿਜ਼ਾਈਨ ਤੁਹਾਨੂੰ ਓਰਿਜਿਨਲ ਵੈਬਸਾਈਟ ਵਾਲਾ ਮਿਲੂਗਾ, ਪਰ ਇਹ ਸਾਈਟ ਓਰਿਜਿਨਲ ਨਹੀਂ ਹੈ। ਜੇ ਆਪਾਂ ਇਸ ਸਾਈਟ ਦੇ ਉੱਤੇ ਆਪਣੀ ਕੋਈ ਵੀ ਇਨਫੋਰਮੇਸ਼ਨ, ਆਪਣਾ OTP ਜਾਂ ਆਪਣਾ ਪਾਸਵਰਡ ਭਰਤਾ, ਤਾਂ ਇਟ ਮੀਨਸ ਇਹ ਜਿਨ੍ਹਾਂ ਨੇ ਵੈਬਸਾਈਟ ਬਣਾਈ ਆ ਉਹਨਾਂ ਕੋਲੇ ਆਪਣੇ ਬੈਂਕ ਦਾ ਪਾਸਵਰਡ ਚਲਿਆ ਜਾਊਗਾ। ਸੋ ਕਦੇ ਵੀ ਫੇਕ ਵੈਬਸਾਈਟ ਤੋਂ ਆਪਾਂ ਇਨਫੋਰਮੇਸ਼ਨ ਨਹੀਂ ਭਰਨੀ, ਪਹਿਲਾਂ ਸਭ ਤੋਂ ਉੱਪਰ ਜੋ ਐਡਰੈਸ ਦਿੱਤਾ ਉਹਨੂੰ ਚੈੱਕ ਕਰਨਾ ਹੁੰਦਾ। ਸੋ ਇੱਕ ਇਹ ਫੇਕ ਵੈਬਸਾਈਟ ਆ। ਸਿਮਿਲਰ ਤੁਹਾਨੂੰ ਇੱਕ ਹੋਰ ਦਿਖਾਉਣਾ, ਇਹ ਵੀ SBI ਦਾ ਹੀ ਇੱਕ ਫੇਕ ਕਿਸੇ ਨੇ ਵੈਬਸਾਈਟ ਬਣਾਈ ਹੋਈ ਹੈ, ਉੱਪਰ ਅਗਰ ਤੁਸੀਂ ਲਿੰਕ ਦੇਖੋਗੇ ਤਾਂ ਇਹ SBI ਦਾ ਲਿੰਕ ਨਹੀਂ ਹੈ। ਸੋ ਇਹਨਾਂ ਗੱਲਾਂ ਦਾ ਜਦੋਂ ਆਪਾਂ ਆਨਲਾਈਨ ਬੈਂਕਿੰਗ ਕਰਦੇ ਹਾਂ ਪਰਟੀਕੁਲਰਲੀ, ਜਾਂ ਕਿਸੇ ਵੀ ਆਪਾਂ ਇੰਸਟੀਚਿਊਟ ਦਾ ਕੋਈ ਕੰਮ ਕਰ ਰਹੇ ਤੇ ਆਨਲਾਈਨ ਅਪਲਾਈ ਕਰਨਾ ਕਿ ਆਨਲਾਈਨ ਐਗਜ਼ਾਮ ਦੇਣਾ, ਆਨਲਾਈਨ ਪੇਮੈਂਟ ਕਰਨੀ ਆ, ਤਾਂ ਇਸ ਚੀਜ਼ ਦਾ ਆਪਾਂ ਬਹੁਤ ਜ਼ਰੂਰੀ ਧਿਆਨ ਰੱਖਣਾ ਹੁੰਦਾ ਵੀ ਸਾਈਟ ਕਿਹੜੀ ਖੁੱਲ ਰਹੀ ਆ ਉਸ ਲਿੰਕ ਤੋਂ। ਸੋ ਇਹ ਜਿਹੜਾ ਤੁਸੀਂ ਬੜਾ ਹੁਣ ਲਿੰਕ ਦੇਖ ਰਹੇ ਹੋ ਇਹ SBI ਦਾ ਓਰਿਜਿਨਲ ਲਿੰਕ ਹੈ, ਠੀਕ ਹੈ। ਇਸ ਤਰ੍ਹਾਂ ਮਤਲਬ ਆਪਾਂ ਸਾਈਟ ਖੋਲਣ ਤੋਂ ਸਿਰਫ ਸਾਈਟ ਦੇ ਰੰਗ ਤੋਂ ਤੇ ਉਹਦੇ ਡਿਜ਼ਾਈਨ ਤੇ ਵਿਸ਼ਵਾਸ ਨਹੀਂ ਕਰਨਾ, ਉਸ ਦੀ ਸਾਈਟ ਦੇ ਆਪਾਂ ਜੋ ਐਡਰੈਸ ਹੈ ਉਹਦੇ ਵੱਲ ਵੀ ਧਿਆਨ ਦੇਣਾ, ਕਿਉਂਕਿ ਡਿਜ਼ਾਈਨ ਤਾਂ ਸੇਮ ਕਾਪੀ ਕੋਈ ਵੀ ਕਰ ਸਕਦਾ, ਸੇਮ ਡਿਜ਼ਾਈਨ ਕੋਈ ਵੀ ਬਣਾ ਸਕਦਾ। ਸੋ ਆਮ ਤੌਰ ਤੇ ਹੈਕਰ ਨੇ ਜਿਹੜੇ ਜਾਂ ਜਿਹੜੇ ਫਰੌਡ ਕਰਨ ਵਾਲੇ ਨੇ ਉਹ ਇਵੇਂ ਦੀਆਂ ਟ੍ਰਿਕਸ ਯੂਜ਼ ਕਰਦੇ ਆ ਜਿਹਦੇ ਨਾਲ ਛੇਤੀ ਕਿਸੇ ਨੂੰ ਪਤਾ ਨਾ ਲੱਗੇ ਤੇ ਜੋ ਯੂਜ਼ਰ ਹੈ ਉਹਨਾਂ ਦੀ ਮਤਲਬ ਉਹਨਾਂ ਦੇ ਬਹਿਕਾਵੇ ਵਿੱਚ ਆ ਕੇ ਉਹਨੂੰ ਮਤਲਬ ਹੈਕ ਕਰ ਸਕਣ। ਸੋ ਅਗਲੀ ਗੱਲ ਹੈ ਬੇਟਾ, ਜੋ ਆਪਾਂ ਵੈਬਸਾਈਟ ਦਾ ਜੋ ਐਡਰੈਸ ਭਰਦੇ ਹਾਂ ਉਹਦੇ ਵਿੱਚ ਇੱਕ ਬੜੀ ਧਿਆਨ ਦੇਣ ਵਾਲੀ ਗੱਲ ਹੁੰਦੀ ਹੈ। ਐਡਰੈਸ ਦੇ ਵਿੱਚ ਕਈ ਵੈਬਸਾਈਟ ਦੇ ਅੱਗੇ ਇਕੱਲਾ HTTP ਲਿਖਿਆ ਹੁੰਦਾ, ਕਈ ਵੈਬਸਾਈਟ ਦੇ ਵਿੱਚ HTTPS ਲਿਖਿਆ ਹੁੰਦਾ। ਹੁਣ ਇਹ ਕੀ ਹੈ, ਬੇਸਿਕਲੀ ਹੈ ਤਾਂ ਦੋਨੋਂ ਪ੍ਰੋਟੋਕੋਲਸ ਨੇ, ਪ੍ਰੋਟੋਕੋਲਸ ਮਤਲਬ ਵੀ ਇਹ ਰੂਲਸ ਨੇ ਜੇ ਇਸ ਤਰ੍ਹਾਂ ਦੀ ਟੈਕਨੋਲੋਜੀ ਹੈ ਜਿਹਦੇ ਰਾਹੀਂ ਆਪਣੀ ਇਨਫੋਰਮੇਸ਼ਨ ਵੈਬਸਾਈਟ ਚੱਲਦੀ ਹੈ। ਸੋ ਜੋ HTTPS ਹੈ ਉਹ HTTP ਦੇ ਕੰਪੈਰੀਜ਼ਨ ਜ਼ਿਆਦਾ ਸਿਕਿਓਰ ਹੈ। ਜ਼ਿਆਦਾ ਸਿਕਿਓਰ ਮਤਲਬ ਇਹਦੇ ਵਿੱਚ ਕੁਝ ਇਸ ਤਰ੍ਹਾਂ ਹੁੰਦਾ, ਜਿਵੇਂ ਤੁਹਾਨੂੰ ਇਹ ਜੋ ਸਕਰੀਨ ਤੇ ਇਮੇਜ ਆ ਉਹਦੇ ਵਿੱਚ ਦਿਖਾਇਆ ਵੀ HTTPS ਜਿਹਦੇ ਨਾਲ ਐਸ ਲੱਗਿਆ ਉਹਦੇ ਵਿੱਚ ਕੀ ਆ, ਆਪਾਂ ਜਿੰਨੀ ਇਨਫੋਰਮੇਸ਼ਨ ਵੈਬਸਾਈਟ ਤੇ ਭਰ ਰਹੇ ਹਾਂ ਉਹ ਸਾਰੀ ਇੱਕ ਤਰ੍ਹਾਂ ਦੀ ਇਨਕ੍ਰਿਪਟ ਹੋ ਕੇ, ਜਾਣੀ ਕਿ
लको के जाओगी, कोडिंग होके जाओगी नेट पे, अगर रास्ते जो किसी ने अपनी जो ट्रांजैक्शन चल रही है और किसी ने हैक करने की कोशिश की है, तो वो समझ भी नहीं सकते अपना पासवर्ड या कुछ भी है। सो ये HTTPS की है, जिस तरह अपने इंफॉर्मेशन एक तरह ढक के लेके जाते अभी, ताकि रास्ते कोई हैकर कोई उन्होंने इंफॉर्मेशन ले ना सके। सो ये अपन जो पर्टिकुलर खास तौर पे जो आप कोई ट्रांजैक्शन वाली फाइनेंशियल ट्रांजैक्शन वाली वैबसाइट्स खोलनी ने, तो उत्थे आप जरूर देखना भी एस जरूर लग्या हो। तो मैं एग्जाम्पल दिखाना, जिस तरह है, जिस तरह SBI की साइट है, तुम देखोगे ये अगे HTTPS लग्या होगा, जो साधारण वैबसाइट है उन्होंने अगे HTTP कलर लग्या होगा। सो ये अपना इन्होंने गलों ध्यान रखना, जो HTTPS वाली हैगी है जो वैबसाइट है वो ज़्यादा सिक्योर है। फाइनेंशियल ट्रांजैक्शन अगर आप कोई बैंकिंग का काम करना है, पैसे का कोई लैंड देन करना है, वो साइट के एड्रैस के चेक करो, ये एस लग्या होना बहुत जरूरी है। सो इतों भी आप पहचान कर सकते हैं भी ये जो वैबसाइट है ये ओरिजिनल है या फेक है। सो नेक्स्ट है बेटा, भाई जो अपनी सोशल नेटवर्किंग साइट्स ने उदे ऊपर बहुत वारी कुछ कुछ गलत मंशा वाले लोग फेक IDs बनाते हैं। सो फेक IDs की है बेटा, भी जिस तरह मान लो भी थोड़ा कोई फ्रेंड है, वो फोटो लगा के कोई होर ही ID बना ले, या जिस तरह मान लो थोड़ी कोई फोटो किसी ग्रुप चो किसी ने चोरी की, क्रॉप करके उन्होंने अपनी एक ID बनाई, वो ऊपर थोड़ी फोटो लगा के तो थोड़े फ्रेंड्स को रिक्वेस्ट भेजती मान लो थोड़ी जगह पर, वो क्या होगा फेक ID। सो इस तरह की जो फेक ID बनाना वो गैर कानूनी है, तो कदे भी अपने फ्रेंड्स की या किसी भी परसन की फेक ID नहीं बनानी चाहिए। सो पर्टिकुलरली बच्चों को यह ध्यान रखने की गल है, कई बार मजाक के बच्चे इस तरह कर लेते हैं। सो बेटा इस तरह की गलती बिल्कुल भी कदे नहीं करनी, आपां किसी की भी फेक ID नहीं बनानी चाहिए। अगर इस तरह का गलती आप की तो अपने ते बहुत तरह के लीगल इंप्लीकेशन ने जो पुलिस केसेस बन सकते हैं। सो फेक ID तो बचने का बेटा जो कुछ गल्ला आपां ध्यान रखनी चाहिए वो ये है, इस तरह मान लो तो फ्रेंड रिक्वेस्ट आती है तो फोटो भी तो फ्रेंड की लगी हुई, तो आपको ब्लाइंडली उन्होंने अक्सैप्ट नहीं करना चाहिए, क्योंकि यह भी हो सकता है किसी होर परसन ने, किसी अननोन ने, थर्ड परसन ने तो फ्रेंड की प्रोफाइल पिक लगा के तो फ्रेंड रिक्वेस्ट भेजती। सो आपको सिर्फ तो सिर्फ उन्होंने पिक्चर देख के अपन रिक्वेस्ट कदे भी अक्सैप्ट नहीं करनी चाहिए। जे आप को इस तरह की फ्रेंड रिक्वेस्ट आती है, तो सब तो पहले आप जिस परसन ने भेजी है, अपना कोई नोन है, कोई अपना रैलेटिव है या अपना कोई फ्रेंड है, सब तो पहले आप उन्होंने डिस्कस करा, उन्होंने कॉल करा, जी हाँ उन्होंने भी पिक्चर उन्होंने ही अकाउंट है, उन्होंने बारे आप कन्फर्म करा, उन्होंने फ्रेंड्स बारे कन्फर्म करा, फिर ही आप रिक्वेस्ट अक्सैप्ट करनी है। कदे भी किसी अननोन परसन की रिक्वेस्ट या कोई इस तरह सिर्फ उन्होंने प्रोफाइल पिक देख के अपन उन्होंने जो है रिक्वेस्ट अक्सैप्ट नहीं करनी। सिमिलरली जो दूसरे सोशल नेटवर्किंग ग्रुप्स ने उन्होंने भी आप सिर्फ प्रोफाइल देख के अपन उन्होंने एड ग्रुप एड नहीं करना चाहिए। सो ये कुछ गल्ला ने बेटा जो बहुत ज़्यादा ध्यान रखने वाली होंगे ने। उस तो अगर होंगे बेटा कुछ क जो डेंजरस ऑनलाइन गेम्स होंगे ने, सो अज की डेट में बहुत सारे बच्चे काफ़ी अपना जो टाइम है गेमिंग से लगाते हैं। सो अपन सब तो पहला तो मैं कहूँगा भी जो ऑनलाइन गेमिंग्स है वो उपर बहुत घट टाइम लाना चाहिए, नहीं खेडनिया चाहिए गेम्स, उ अपना टाइम जो थोड़िया आउटडोर गेम्स ने लगाना चाहिए, जो फिजिकल एक्सरसाइज ने उत्ते लाना चाहिए। जो इस तरह दियाँ गेम्स ने ये बहुत सारी गेम्स इस तरह डिजाइन की हुई ने जिद बच्चों अपने वाल अट्रैक्ट कर दें गेम्स, या बच्चों अडिक्ट बना ने, जिस तरह भी वो कुछ मिशन होंगे भी जिस तरह एक करो होर अगे दिखे करते जाओ होर अगे दिखे, वो बच्चे अपने नाल अडिक्ट बनाई जाते हैं, अट्रैक्ट करते हैं भी ताकि बच्चा होर टाइम उत्ते लगावे, होर टाइम वो उपर लगावे। सो इस तरह दिया गेम्स पर्टिकुलरली एक पर्टिकुलर मैंटैलिटी के नाल इवें दियाँ बनाई होंगे ने। सो ये तो एक दो एग्जाम्पल तुम सारे बच्चों को पता होगा, पबजी है गेम्स, ब्लू वेल चली सी। सो ये गेम्स ने जिन्हों का आपको खतरा बनया रहा, इहदा सिर्फ तो सिर्फ अपना एक तो टाइम वेस्ट होंदा, अपना जो अपनी कह लो जो अपना माइंड है वो अपना गेम वाल लगे रहिंदा, अपनी जो प्रोडक्टिव एक्टिविटीज ने या अपनी कोई स्टडीज है वो ते उहदा माड़ा असर पैंदा है। तीसरा अपन फाइनेंशियल लॉसेस भी हो सकता है, तुसीं सारे ने सुनी होगी कि न्यूज़ बड़ी फेमस हुई है पिछले दिनों दे विच, भी किसी एक बच्चे ने ऑनलाइन रीचार्ज ऑनलाइन गेम दे विच कुछ परचेज कर लिया, अकाउंट भरिया तो उहदे विचों 16 लाख हौली करदे करदे 16 लाख उहदे विचों अकाउंट दे विचों गायब हो गए।
ਇਹ ਨੁਕਸਾਨ ਨੇ ਆਨਲਾਈਨ ਗੇਮਿੰਗਸ ਦੇ। ਜੇ ਆਪਾਂ ਨੂੰ ਖੇਡਣੀ ਵੀ ਪਵੇ ਤਾਂ ਬਹੁਤ ਥੋੜੇ ਟਾਈਮ ਲਈ, ਤੇ ਪੇਰੈਂਟਸ ਦੇ ਨਾਲ ਬਹਿ ਕੇ ਜਾਂ ਪੇਰੈਂਟਸ ਦੇ ਧਿਆਨ ਵਿੱਚ ਰਹਿ ਕੇ ਹੀ ਖੇਡਣੀ ਚਾਹੀਦੀ ਗੇਮ। ਜੋ ਬਲੂ ਵੇਲਸ ਵਰਗੀਆਂ ਗੇਮਸ ਨੇ ਉਹ ਬਿਲਕੁਲ ਵੀ ਕਦੇ ਵੀ ਨਹੀਂ ਖੇਡਣੀਆਂ ਚਾਹੀਦੀਆਂ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਬੇਟਾ ਵਾਈਫਾਈ ਨੈਟਵਰਕ ਬਾਰੇ। ਜੋ ਆਪਾਂ ਇੰਟਰਨੈਟ ਯੂਜ਼ ਕਰਦੇ ਹਾਂ ਬਹੁਤ ਵਾਰੀ ਉਹ ਕੇਬਲ ਵਾਲਾ ਨੈਟ ਹੁੰਦਾ ਹੈ ਜਾਂ ਆਪਾਂ ਵਾਈਫਾਈ ਕਨੈਕਸ਼ਨ ਲਿਆ ਹੁੰਦਾ। ਸੋ ਵਾਈਫਾਈ ਕਨੈਕਸ਼ਨ ਦੀ ਵਰਤੋਂ ਸਮੇਂ ਆਪਾਂ ਨੂੰ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਂਦਾ ਹੈ। ਵਾਈਫਾਈ ਜੋ ਕਨੈਕਸ਼ਨ ਹੈ, ਵਾਇਰਲੈਸ ਨੈਟਵਰਕ ਜਿਹਨੂੰ ਆਪਾਂ ਬੋਲ ਦਿੰਦੇ ਹਾਂ, ਉਹ ਉਨਾ ਸਿਕਿਉਰ ਨਹੀਂ ਜਿੰਨਾ ਸਿਕਿਉਰ ਆਪਣਾ ਜੋ ਵਾਇਰਡ ਕਨੈਕਸ਼ਨ ਹੁੰਦਾ ਹੈ। ਇਹਦੇ ਇਹਦੇ ਕੁਝ ਕੁ ਮਤਲਬ ਲੂਪ ਹੋਲਸ ਇਹਦੇ ਵਿੱਚ ਹੁੰਦੇ ਨੇ, ਜਿਹਦੇ ਕਰਕੇ ਇਹਨੂੰ ਮਤਲਬ ਜੋ ਹੈਕਰਸ ਨੇ ਜਾਂ ਜੋ ਮਿਸਯੂਜ਼ ਕਰਨ ਵਾਲੇ ਨੇ ਉਹ ਇਹਨੂੰ ਈਜ਼ੀਲੀ ਕਰ ਸਕਦੇ ਨੇ। ਸੋ ਆਪਾਂ ਨੂੰ ਜੋ ਆਪਣੇ ਘਰ ਦਾ ਵਾਈਫਾਈ ਸਿਸਟਮ ਹੈ, ਜੋ ਆਪਣਾ ਅਗਰ ਆਪਾਂ ਆਪਣੇ ਮੋਬਾਈਲ ਫੋਨ ਦਾ ਹੌਟਸਪੋਟ ਆਨ ਕੀਤਾ ਉਹਦਾ ਵੀ, ਸਾਰਿਆਂ ਦਾ ਆਪਾਂ ਨੂੰ ਪਾਸਵਰਡ ਪ੍ਰੋਟੈਕਟਡ ਰੱਖਣਾ ਚਾਹੀਦਾ ਹੈ। ਆਪਾਂ ਨੂੰ ਆਪਣੇ ਰਾਊਟਰ ਦਾ, ਆਪਣੇ ਅਗਰ ਹੌਟਸਪੋਟ ਆਨ ਕੀਤਾ ਤਾਂ ਉਹਦਾ WPA2 ਜਿਹਨੂੰ ਸਿਕਿਉਰਿਟੀ ਇਨਕ੍ਰਿਪਸ਼ਨ ਬੋਲਦੇ ਨੇ, ਆਪਾਂ ਨੂੰ ਉਹ ਆਨ ਕਰਕੇ ਰੱਖਣੀ ਚਾਹੀਦੀ ਹੈ। ਮਤਲਬ ਓਪਨ ਵਾਈਫਾਈ ਨੈਟਵਰਕ ਕਦੇ ਵੀ ਨਹੀਂ ਹੋਣਾ ਚਾਹੀਦਾ। ਦੂਸਰਾ ਆਪਣਾ ਜੋ ਨੈਟਵਰਕ ਹੈ, ਜੋ ਵਾਈਫਾਈ ਨੈਟਵਰਕ ਆ, ਉਹ ਵਿਦਿਨ ਦੀ ਬਿਲਡਿੰਗ ਉਹਦੀ ਰੇਂਜ ਹੋਵੇ ਤਾਂ ਜ਼ਿਆਦਾ ਵਧੀਆ, ਕਿਉਂਕਿ ਜੇਕਰ ਉਹਦੀ ਰੇਂਜ ਬਾਹਰ ਜਾਂਦੀ ਹੈ ਜਾਂ ਓਪਨ ਏਰੀਏ ਦੇ ਵਿੱਚ ਜਾਂਦੀ ਹੈ ਤਾਂ ਉਹਦਾ ਖਤਰਾ ਥੋੜ੍ਹਾ ਜਿਹਾ ਉਨਾ ਵਧਿਆ ਰਹਿੰਦਾ ਹੈ। ਸੋ ਸਭ ਤੋਂ ਇਹਦੇ ਵਿੱਚ ਜ਼ਰੂਰੀ ਹੈ ਵਾਈਫਾਈ ਜੋ ਆਪਣਾ ਨੈਟਵਰਕ ਹੈ ਉਹਨੂੰ ਹਮੇਸ਼ਾ ਪਾਸਵਰਡ ਲੱਗਿਆ ਹੋਣਾ ਚਾਹੀਦਾ। ਓਕੇ, ਉਸ ਤੋਂ ਬਾਅਦ ਆਉਂਦੀ ਹੈ ਬੇਟਾ ਗੱਲ ਫਿਜ਼ੀਕਲ ਸਿਕਿਉਰਿਟੀ ਆਫ ਦਾ ਡਿਵਾਈਸ। ਆਪਣਾ ਜੋ ਮੋਬਾਈਲ ਫੋਨ ਹੈ ਉਹਦੇ ਮਤਲਬ ਉਹਦੇ ਫਿਜ਼ੀਕਲ ਸਿਕਿਉਰਿਟੀ ਵਿੱਚ ਦੋ ਗੱਲਾਂ ਹੋ ਸਕਦੀਆਂ। ਆਪਣਾ ਮੋਬਾਈਲ ਫੋਨ ਕਈ ਵਾਰੀ ਡਿੱਗ ਪੈਂਦਾ, ਕਿਤੇ ਗੁੰਮ ਹੋ ਜਾਂਦਾ, ਜਾਂ ਉਹ ਆਪਣੇ ਮੋਬਾਈਲ ਫੋਨ ਨੂੰ ਕਿਸੇ ਨੇ ਮੰਨ ਲਓ ਚੋਰੀ ਕਰ ਲਿਆ। ਸੋ ਇੱਥੇ ਗੱਲ ਇਹ ਹੈ ਸਮਝਣ ਵਾਲੀ, ਗੱਲ ਸਿਰਫ ਇਹ ਨਹੀਂ ਵੀ ਆਪਣਾ ਮੋਬਾਈਲ ਫੋਨ ਚੋਰੀ ਹੋ ਗਿਆ ਜਾਂ ਆਪਣਾ ਡਿਵਾਈਸ ਚਲਿਆ ਗਿਆ। ਨੋ ਡਾਊਟ ਆਪਣੀ ਜੋ ਫਾਈਨੈਂਸ਼ੀਅਲ ਲਾਸ ਹੈ ਆਪਾਂ ਨੂੰ ਉਹ ਤਾਂ ਹੋਇਆ, ਮਤਲਬ ਕਿੰਨੇ ਪੈਸੇ ਆਪਣੇ ਫੋਨ ਤੇ ਲੱਗੇ ਸੀ ਆਪਣਾ, ਉਹਨਾਂ ਨੁਕਸਾਨ ਹੋ ਗਿਆ। ਨਾਲ ਦੀ ਨਾਲ ਅੱਜ ਦੀ ਡੇਟ ਵਿੱਚ ਜੋ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਉਹ ਇਹ ਹੈ ਵੀ ਆਪਣਾ ਜੋ ਕੁਝ ਉਸ ਮੋਬਾਈਲ ਦੇ ਫੋਨ ਵਿੱਚ ਆਪਣਾ ਜੋ ਡਾਟਾ ਸੀ, ਆਪਣੀ ਜੋ ਇਨਫੋਰਮੇਸ਼ਨ ਸੀ, ਉਹ ਨਾਲ ਅਗਲੇ ਨੈਕਸਟ ਪਰਸਨ ਜਿਹਦੇ ਕੋਲ ਵੀ ਉਹ ਗਿਆ ਡਿਵਾਈਸ ਉਹਦੇ ਕੋਲ ਚਲੀ ਗਈ। ਸੋ ਕਿਉਂਕਿ ਯੁੱਗ ਇਸ ਤਰ੍ਹਾਂ ਦਾ, ਸਮਾਂ ਇਸ ਤਰ੍ਹਾਂ ਦਾ ਚੱਲ ਰਿਹਾ, ਆਪਣੀ ਲੋੜ ਅਨੁਸਾਰ ਬਹੁਤ ਸਾਰੇ ਬੱਚੇ, ਬਹੁਤ ਸਾਰੇ ਸਟੂਡੈਂਟਸ ਆਪਣੀ ਸਾਰੀ ਇਨਫੋਰਮੇਸ਼ਨ ਆਪਣੇ ਮੋਬਾਈਲ ਫੋਨ ਦੇ ਵਿੱਚ ਰੱਖਦੇ ਆ। ਉਹਨਾਂ ਦਾ ਸਟੱਡੀ ਮਟੀਰੀਅਲ ਮੋਬਾਈਲ ਫੋਨ ਦੇ ਵਿੱਚ ਆ, ਉਹਨਾਂ ਦੇ ਬੈਂਕ ਦੇ ਪਾਸਵਰਡ ਉਹਦੇ ਵਿੱਚ ਨੇ, ਉਹਨਾਂ ਨੇ ਜੋ ਆਪਣੀਆਂ ਆਨਲਾਈਨ ਟ੍ਰਾਂਜੈਕਸ਼ਨ ਵਾਲੀਆਂ ਐਪਸ ਉਹ ਵੀ ਫੋਨ ਦੇ ਵਿੱਚ ਐਡ ਕੀਤੀਆਂ ਹੋਈਆਂ ਨੇ। ਆਪਣੀਆਂ ਜੋ ਪਰਸਨਲ ਫੋਟੋਗ੍ਰਾਫ ਨੇ, ਜਿਹੜੀ ਆਪਾਂ ਕਿਸੇ ਨਾਲ ਸ਼ੇਅਰ ਨਹੀਂ ਕਰਦੇ, ਜਾਂ ਪਰਸਨਲ ਫੈਮਿਲੀ ਵੀਡੀਓਜ਼ ਨੇ ਜਿਹੜੇ ਆਪਾਂ ਸ਼ੇਅਰ ਨਹੀਂ ਕਰਦੇ, ਉਹ ਸਾਰੀਆਂ ਉਹਦੇ ਵਿੱਚ ਸੇਵ ਕੀਤੀਆਂ ਹੁੰਦੀਆਂ ਨੇ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀ ਇਨਫੋਰਮੇਸ਼ਨ ਉਹ ਹੁੰਦੀ ਆ ਜਿਹੜੀ ਉਹ ਫੋਨ ਦੇ ਨਾਲ ਚਲੀ ਗਈ, ਜਿਹੜੀ ਆਪਾਂ ਚਾਹੁੰਦੇ ਨਹੀਂ ਵੀ ਕਿਸੇ ਦੂਸਰੇ ਪਰਸਨ ਕੋਲ ਉਹ ਜਾਵੇ, ਉਹ ਵੀ ਨਾਲ ਚਲੀ ਗਈ। ਹੁਣ ਜਿਹਦੇ ਕੋਲ ਉਹ ਫੋਨ ਗਿਆ, ਜਿਹਨੂੰ ਉਹ ਫੋਨ ਮਿਲਿਆ ਜਾਂ ਜਿਹਨੇ ਚੋਰੀ ਕੀਤਾ, ਉਹ ਉਸ ਇਨਫੋਰਮੇਸ਼ਨ ਦਾ ਮਿਸਯੂਜ਼ ਕਰ ਸਕਦਾ। ਸੋ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਵੀ ਆਪਣਾ ਫੋਨ ਆਪਾਂ ਸੇਫ ਰੱਖੀਏ, ਆਪਣੇ ਫੋਨ ਦੇ ਵਿੱਚ ਜਿੰਨੀ ਵੀ ਇਨਫੋਰਮੇਸ਼ਨ ਹੈ ਉਹਦਾ ਆਪਾਂ ਬੈਕਅਪ ਲੈ ਕੇ ਰੱਖੀਏ, ਨੈਕਸਟ ਫੋਨ ਦੇ ਵਿੱਚ ਆਪਾਂ ਉਨੀ ਕੁ ਇਨਫੋਰਮੇਸ਼ਨ ਰੱਖੀਏ ਜਿੰਨੀ ਕੁ ਆਪਾਂ ਨੂੰ ਜ਼ਰੂਰੀ ਹੈ, ਬਾਕੀ ਦੀ ਇਨਫੋਰਮੇਸ਼ਨ ਆਪਾਂ ਘਰੇ ਜੋ ਆਪਣੀ ਡਾਇਰੀ ਆ ਕਿਤੇ ਉਹਦੇ ਤੇ ਨੋਟ ਕਰਕੇ ਰੱਖਣੀ ਚਾਹੀਦੀ ਹੈ। ਸੋ ਜੋ ਫੋਨ ਦੀ ਫਿਜ਼ੀਕਲ ਸਿਕਿਉਰਿਟੀ ਆ ਉਹ ਵੀ ਉਨੀ ਇੰਪੋਰਟੈਂਟ ਹੈ ਜਿੰਨੀ ਉਹਦੀ ਆਨਲਾਈਨ ਜਾਂ ਉਹਦੇ ਸਵੇਰ ਦੀ ਜਿੰਨੀ ਆਪਾਂ ਨੂੰ ਸਿਕਿਉਰਿਟੀ ਦੀ ਜ਼ਰੂਰਤ ਹੁੰਦੀ ਹੈ। ਸੋ ਹੁਣ ਬੇਟਾ ਇਹ ਸਾਰੀਆਂ ਗੱਲਾਂ ਸਮਝਣ ਤੋਂ ਬਾਅਦ, ਸੁਣਨ ਤੋਂ ਬਾਅਦ ਮਨ ਦੇ ਵਿੱਚ ਇੱਕ ਸਵਾਲ ਆਉਂਦਾ ਵੀ ਆਖਿਰ ਆਪਾਂ ਹੁਣ ਫਿਰ ਸੇਫ ਰਹੀਏ ਤਾਂ ਰਹੀਏ ਕਿਵੇਂ ਜੇ ਆਪਾਂ ਨੂੰ ਇੰਨੇ ਥ੍ਰੈਟਸ ਲੱਗ ਰਹੇ ਨੇ। ਸੋ ਸਮਝਣ ਵਾਲੀ ਗੱਲ ਇਹ ਇੱਥੇ ਇਹ ਆ ਵੀ ਭਾਵੇਂ ਇੰਨੇ ਸਾਰੇ ਥ੍ਰੈਟਸ ਹੈਗੇ ਨੇ ਪਰ ਆਪਾਂ ਨੂੰ ਇੰਟਰਨੈਟ ਦੇ ਬਹੁਤ ਸਾਰੇ ਫਾਇਦੇ ਵੀ ਨੇ। ਜੇ ਆਪਾਂ ਕੁਝ ਗੱਲਾਂ ਦਾ ਧਿਆਨ ਰੱਖ ਕੇ ਇਹਨਾਂ ਦੀ ਵਰਤੋਂ ਕਰਾਂਗੇ ਆਪਣੇ ਡਿਵਾਈਸਿਸ ਦੀ ਤਾਂ ਆਪਾਂ ਨੂੰ ਨੁਕਸਾਨ ਨਹੀਂ ਹੋਏਗਾ। ਸੋ ਉਹ ਕਿਹੜੀਆਂ ਗੱਲਾਂ ਨੇ, ਆਪਾਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਆਪਣੇ ਮੋਬਾਈਲ ਫੋਨ ਦੀ ਜਾਂ ਇੰਟਰਨੈਟ ਦੀ ਵਰਤੋਂ ਕਰਦੇ ਸਮੇਂ। ਸੋ ਆਪਾਂ ਆਓ ਉਹ ਗੱਲਾਂ ਸਮਝਦੇ ਹਾਂ ਹੁਣ। ਸੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਵੀ ਆਪਾਂ ਨੂੰ ਕੀ ਕਰਨਾ ਚਾਹੀਦਾ। ਸਭ ਤੋਂ ਪਹਿਲਾਂ ਆਪਾਂ ਨੂੰ ਦੂਸਰਿਆਂ ਦੀ ਪ੍ਰਾਈਵੇਸੀ, ਜੋ ਦੂਸਰਿਆਂ ਦੀ ਨਿੱਜਤਾ ਆ, ਉਹਦੀ ਆਪਾਂ ਨੂੰ ਰਿਸਪੈਕਟ ਕਰਨੀ ਚਾਹੀਦੀ। ਕਦੇ ਵੀ ਆਪਾਂ ਨੂੰ ਕਿਸੇ ਦੂਸਰੇ ਦੀ ਕੋਈ ਦੂਸਰੇ ਦਾ ਅਕਾਊਂਟ ਨਹੀਂ ਖੋਲ ਕੇ ਦੇਖਣਾ ਚਾਹੀਦਾ, ਉਹਨਾਂ ਦੀ ਜੋ ਪ੍ਰਾਈਵੇਟ ਲਾਈਫ ਆ ਉਹਦੇ ਬਾਰੇ ਆਪਾਂ ਨੂੰ ਕੋਈ ਇੰਟਰਫੇਅਰ ਨਹੀਂ ਕਰਨਾ ਚਾਹੀਦਾ। ਸੋ ਜੇ ਆਪਾਂ ਕਿਸੇ ਦੂਸਰੇ ਦੀ ਪ੍ਰਾਈਵੇਸੀ ਦੀ ਰਿਸਪੈਕਟ ਕਰਾਂਗੇ ਤਾਂ ਹੀ ਕੋਈ ਆਪਣੀ ਪ੍ਰਾਈਵੇਸੀ ਦੀ ਰਿਸਪੈਕਟ ਕਰੂਗਾ, ਤਾਂ ਹੀ ਆਪਾਂ ਅਗਲੇ ਤੋਂ ਆਪਣੀ ਪ੍ਰਾਈਵੇਸੀ ਦੀ ਐਕਸਪੈਕਟ ਕਰ ਸਕਦੇ ਹਾਂ। ਦੂਸਰਾ ਅੱਗੇ ਆ,
अगर आपां नूं कोई लगदा भी कोई इलीगल कंटेंट आ या कुछ इस तरह दा अब्यूसिव कंटेंट आ तां उहनूं आपां नूं रिपोर्ट करना चाहिदा, उहनूं फ्लैग करना चाहिदा जां उहनूं ब्लॉक करना चाहिदा ताकि दूजिआं तक ओह चीज़ ना पहुंचे, दूजिआं नूं उसकी प्रॉब्लम ना होवे, जो प्रॉब्लम आपां नूं आई दूसरे नूं ओह प्रॉब्लम ना आवे। उस तों गल नैक्सट आउंदी आ भी जो आपां कोई कोई भी आपां चीज़ डाउनलोड करदे आ कोई सॉफ्टवेयर या कोई गेम या म्यूजिक ਤਾਂ ਉਹਨਾਂ ਦੇ ਜੋ ਕਾਪੀਰਾਈਟ ਰਿਸਟ੍ਰਿਕਸ਼ਨਸ ਨੇ ਜੋ ਲਿਖੀਆਂ ਹੁੰਦੀਆਂ ਨੇ ਵੀ ਸਾਡੀ ਇਹਨੂੰ ਅੱਗੇ ਤੁਸੀਂ ਇਹਦੀ ਕਾਪੀ ਨਹੀਂ ਤਿਆਰ ਕਰ ਸਕਦੇ, ਕਈ ਕਰੈਕਟ ਵਰਜ਼ਨ ਜਿਵੇਂ ਹੁੰਦਾ ਆਪਾਂ ਨੂੰ ਉਸ ਤਰ੍ਹਾਂ ਦਾ ਕੁਛ ਵੀ ਆਪਾਂ ਨੂੰ ਨਹੀਂ ਕਰਨਾ ਚਾਹੀਦਾ, ਆਪਣੀ ਜੋ ਉਹਨਾਂ ਦੇ ਕਾਪੀਰਾਈਟ ਰਿਸਟ੍ਰਿਕਸ਼ਨ ਨੇ ਉਹਨੂੰ ਫੋਲੋ ਕਰਨਾ ਚਾਹੀਦਾ। ਦੂਸਰਾ ਇਹ ਹੁੰਦਾ ਵੀ ਆਪਾਂ ਨੂੰ ਜੇ ਆਪਾਂ ਕੋਈ ਸੋਸ਼ਲ ਸਾਈਟ 'ਤੇ ਹਾਂ ਜਾਂ ਕਿਸੇ ਚੈਟਿੰਗ ਸਾਈਟ 'ਤੇ ਹਾਂ ਆਪਾਂ ਨੂੰ ਕਦੇ ਵੀ ਕੁਛ ਇਲੀਗਲ ਚੈਟ ਨਹੀਂ ਕਰਨੀ ਚਾਹੀਦੀ। ਦੂਸਰਾ ਆਪਾਂ ਨੂੰ ਆਪਣਾ ਜੋ ਰੀਅਲ ਨੇਮ ਹੈ ਉਹ ਆਪਾਂ ਨੂੰ ਇਸ ਤਰ੍ਹਾਂ ਬਾਹਰ ਅਨਨੋਨ ਪਰਸਨ ਦੇ ਨਾਲ ਕਦੇ ਵੀ ਸ਼ੇਅਰ ਨਹੀਂ ਕਰਨਾ ਚਾਹੀਦਾ। ਆਪਾਂ ਨੂੰ ਆਪਣਾ ਛੋਟਾ ਨਾਮ ਕੋਈ ਨਿਕ ਨੇਮ ਵਗੈਰਾ ਉਸ ਤਰ੍ਹਾਂ ਦਾ ਯੂਜ਼ ਕਰ ਲੈਣਾ ਚਾਹੀਦਾ ਤਾਂ ਕਿ ਜੋ ਆਪਣੀ ਪ੍ਰਾਈਵੇਸੀ ਹੈ ਉਹ ਬਣੀ ਰਹੇ। ਨੈਕਸਟ ਹੈ ਵੀ ਆਪਣੇ ਜੋ ਜਿੰਨੇ ਆਪਣੇ ਅਕਾਊਂਟਸ ਨੇ ਚਾਹੇ ਉਹ ਬੈਂਕ ਅਕਾਊਂਟ ਆ, ਆਪਣੇ ਸੋਸ਼ਲ ਸਾਈਟਸ ਨੇ, ਫੇਸਬੁੱਕ ਅਕਾਊਂਟ ਹੈ, ਜਿੰਨੇ ਵੀ ਅਕਾਊਂਟ ਨੇ ਉਹਨਾਂ ਸਾਰਿਆਂ ਦਾ ਪਾਸਵਰਡ ਹੋਣਾ ਚਾਹੀਦਾ ਅਤੇ ਪਾਸਵਰਡ ਮਤਲਬ ਸਟਰੋਂਗ ਹੋਣਾ ਚਾਹੀਦਾ, ਥੋੜ੍ਹਾ ਵੱਡਾ ਪਾਸਵਰਡ ਹੋਣਾ ਚਾਹੀਦਾ। ਇਹ ਕੰਬੀਨੇਸ਼ਨ ਹੋਣਾ ਚਾਹੀਦਾ ਆਪਣੇ ਲੋਅਰ ਕੇਸ ਅਪਰ ਕੇਸ ਵਿੱਚ, ਮਤਲਬ ਐਲਫਾਬੈਟਸ ਹੋਣੇ ਚਾਹੀਦੇ ਨੇ ਵਿੱਚ, ਨੂਮੈਰਿਕ ਹੋਣੇ ਚਾਹੀਦੇ ਨੇ ਵਿੱਚ, ਸਪੈਸ਼ਲ ਕਰੈਕਟਰ ਹੋਣੇ ਚਾਹੀਦੇ। ਕਦੇ ਵੀ ਬੜਾ ਈਜ਼ੀ ਜਿਹਾ ਪਾਸਵਰਡ ਨਹੀਂ ਰੱਖਣਾ ਚਾਹੀਦਾ। ਸੋ ਜਿੰਨੇ ਈਜ਼ੀ ਪਾਸਵਰਡ ਨੇ ਉਹ ਉਨੀ ਜਲਦੀ ਹੈਕ ਹੋ ਜਾਂਦੇ ਨੇ। ਸੋ ਇੱਕ ਛੋਟਾ ਤੁਹਾਨੂੰ ਐਗਜ਼ਾਮਪਲ ਦੇਣਾ, ਪਿੱਛੇ ਇੱਕ ਸਟੱਡੀ ਹੋਈ ਸੀ ਉਹਦੇ ਵਿੱਚ ਆਇਆ ਸੀ 50% ਦੇ ਕਰੀਬ ਲੋਕ ਪਾਸਵਰਡ ਹੀ ਰੱਖਦੇ ਨੇ। ਸੋ ਉਵੇਂ ਦੇ ਪਾਸਵਰਡ ਨੂੰ ਹੈਕ ਕਰਨਾ ਬੜਾ ਈਜ਼ੀ ਹੁੰਦਾ, ਜਾਂ ਕਈ ਪਾਸਵਰਡ ਰੱਖਦੇ 1 2 3 4 5, ਕਿਸੇ ਨੇ 1 2 3 ਰੱਖ ਲਿਆ। ਸੋ ਕਦੇ ਵੀ ਪਾਸਵਰਡ ਇਵੇਂ ਦੇ ਈਜ਼ੀ ਨਹੀਂ ਹੋਣੇ ਚਾਹੀਦੇ। ਸੋ ਪਾਸਵਰਡ ਕੁਛ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਜਿਹੜਾ ਤੁਹਾਨੂੰ ਯਾਦ ਵੀ ਰਹਿ ਜੇ ਅਤੇ ਦੂਜੇ ਲਈ ਇੰਨਾ ਸੌਖਾ ਨਾ ਹੋਵੇ। ਤੁਸੀਂ ਕੁਛ ਇਸ ਤਰ੍ਹਾਂ ਦੇ ਕੰਬੀਨੇਸ਼ਨ ਹੁੰਦਾ ਤੁਹਾਡੇ ਜੋ ਤੁਹਾਡਾ ਨੇਮ ਹੈ ਉਹਦੇ ਕੁਛ ਵਿੱਚ ਐਲਫਾਬੈਟਸ ਉਹਦੇ ਯੂਜ਼ ਕਰ ਲਏ, ਵਿੱਚ ਤੁਹਾਡੇ ਡੇਟ ਆਫ ਬਰਥ ਯੂਜ਼ ਕਰ ਲਏ, ਤੁਹਾਡੀ ਕਾਰ ਦੇ ਕੋਈ ਨੰਬਰ ਯੂਜ਼ ਕਰ ਲਿਆ ਵਿੱਚ, ਮਤਲਬ ਉਹ ਦੋ ਤਿੰਨ ਚੀਜ਼ਾਂ ਦਾ ਮਿਕਸਚਰ ਹੋਣਾ ਚਾਹੀਦਾ ਜਿਹੜਾ ਤੁਹਾਨੂੰ ਯਾਦ ਵੀ ਰਹਿ ਜੇ। ਕਦੇ ਵੀ ਕੋਈ ਇੱਕ ਚੀਜ਼ ਯੂਜ਼ ਨਹੀਂ ਕਰੀ, ਤੁਹਾਡਾ ਆਪਣਾ ਨਾਮ ਨਹੀਂ ਯੂਜ਼ ਕਰਨਾ, ਕਿਸੇ ਆਪਣੇ ਫਰੈਂਡ ਦਾ ਨਾਮ ਨਹੀਂ ਯੂਜ਼ ਕਰਨਾ ਚਾਹੀਦਾ, ਆਪਣੇ ਕਿਸੇ ਬੱਚੇ ਦਾ ਨਾਮ ਨਹੀਂ ਯੂਜ਼ ਕਰਨਾ ਚਾਹੀਦਾ, ਆਪਣੀ ਗੱਡੀ ਦਾ ਨੰਬਰ ਸਿੱਧਾ ਅਗਰ ਆਪਾਂ ਯੂਜ਼ ਕਰਦੇ ਹਾਂ ਉਹ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹ ਉਵੇਂ ਦੇ ਹੁੰਦੇ ਨੇ ਜਿਹੜੇ ਬੜੀ ਜਲਦੀ ਲੋਕ ਹੈਕ ਕਰ ਲੈਂਦੇ। ਸੋ ਉਸ ਤੋਂ ਬਾਅਦ ਗੱਲ ਹੁੰਦੀ ਹੈ ਵੀ ਜੋ ਆਪਣਾ ਕੋਈ ਸੋਸ਼ਲ ਨੈਟਵਰਕਿੰਗ ਸਾਈਟਸ ਨੇ ਉਹਦੇ ਉਹਦੀਆਂ ਪ੍ਰਾਈਵੇਸੀ ਸੈਟਿੰਗਸ ਬਾਰੇ ਜ਼ਰੂਰ ਥੋੜ੍ਹਾ ਜਿਹਾ ਆਪਾਂ ਨੂੰ ਇੱਕ ਵਾਰੀ ਇੰਟਰੋਡਕਸ਼ਨ ਲੈਣੀ ਚਾਹੀਦੀ ਹੈ। ਅਤੇ ਨੈਕਸਟ ਹੈ ਆਪਾਂ ਨੂੰ ਜੋ ਕਮਿਊਨੀਕੇਸ਼ਨ ਹੈ ਸੋਸ਼ਲ ਨੈਟਵਰਕਿੰਗ 'ਤੇ ਸਿਰਫ ਆਪਣੇ ਨੋਨ ਪਰਸਨ ਨਾਲ ਹੀ ਕਰਨੀ ਚਾਹੀਦੀ, ਅਨਨੋਨ ਨਾਲ ਨਹੀਂ। ਜੇ ਅਗਰ ਆਪਾਂ ਨੂੰ ਕੋਈ ਕਿਸੇ ਪਰਸਨ ਵੱਲੋਂ ਅਨਨੋਨ ਮੈਸੇਜ ਵੀ ਆਉਂਦਾ ਤਾਂ ਆਪਾਂ ਨੂੰ ਉਹਦਾ ਰਿਪਲਾਈ ਨਹੀਂ ਕਰਨਾ ਚਾਹੀਦਾ, ਸਿਰਫ ਉਹਨਾਂ ਨੂੰ ਰਿਪਲਾਈ ਕਰੋ ਜਿਹੜੇ ਆਪਾਂ ਨੂੰ ਨੋਨ ਨੇ, ਜਾਂ ਫਿਰ ਜਿਹਦਾ ਕੋਈ ਆਪਾਂ ਨੂੰ ਸੋਰਸ ਪਤਾ ਹੋਵੇ ਵੀ ਹਾਂ ਵੀ ਇਸ ਪਰਟੀਕੁਲਰ ਪਰਸਨ ਨਾਲ ਆਪਣੀ ਗੱਲ ਹੋਈ ਸੀ ਜਾਂ ਇਹਨੇ ਮੈਨੂੰ ਇਹ ਮੈਸੇਜ ਭੇਜਣਾ ਸੀ ਇਸ ਕਰਕੇ ਮੈਸੇਜ ਆਇਆ। ਕਦੇ ਵੀ ਅਨਨੋਨ ਮੈਸੇਜ ਅਗਰ ਆ ਗਿਆ ਰੈਂਡਮਲੀ ਤਾਂ ਆਪਾਂ ਨੂੰ ਉਹਨੂੰ ਰਿਪਲਾਈ ਨਹੀਂ ਕਰਨਾ ਹੁੰਦਾ। ਉਸ ਤੋਂ ਬਾਅਦ ਗੱਲ ਆਉਂਦੀ ਹੈ ਆਪਾਂ ਨੂੰ ਥੋੜ੍ਹਾ ਕੇਅਰਫੁਲ ਰਹਿਣਾ ਹੁੰਦਾ ਜੋ ਆਪਾਂ ਕੋਈ ਫੋਟੋ ਵੀਡੀਓਗ੍ਰਾਫ ਜੋ ਆਪਾਂ ਵੈਬਸਾਈਟ 'ਤੇ ਸ਼ੇਅਰ ਕਰਦੇ ਹਾਂ, ਜੋ ਵੀ ਕੁਛ ਪਾਉਂਦੇ ਹਾਂ ਉਹਦਾ ਹਮੇਸ਼ਾ ਵੈਬਸਾਈਟ ਦੇ ਉੱਪਰ ਜਾਂ ਇੰਟਰਨੈਟ ਦੇ ਉੱਪਰ ਉਹਦਾ ਰਿਕਾਰਡ ਰਹਿੰਦਾ। ਸੋ ਆਪਾਂ ਇਹ ਨਹੀਂ ਕਹਿ ਸਕਦੇ ਵੀ ਮੈਂ ਇੱਕ ਵਾਰ ਫੋਟੋ ਪਾਈ ਫਿਰ ਮੈਂ ਡਿਲੀਟ ਕਰਤੀ, ਇਸ ਤਰ੍ਹਾਂ ਨਹੀਂ ਹੁੰਦਾ, ਉਹਦਾ ਰਿਕਾਰਡ ਕਿਤੇ ਨਾ ਕਿਤੇ ਜ਼ਰੂਰ ਰਹਿੰਦਾ। ਸੋ ਕਦੇ ਵੀ ਇਸ ਤਰ੍ਹਾਂ ਦੀ ਕੋਈ ਫੋਟੋ ਜਿਹੜੀ ਕੋਈ ਗਲਤ ਹੋਵੇ ਜਾਂ ਕਿਹੜੇ ਕਿਸੇ ਦੂਸਰੇ ਪਰਸਨ ਦੀ ਫੋਟੋ, ਕਦੇ ਵੀ ਕੋਈ ਸੈਂਸਿਟਿਵ ਇਨਫੋਰਮੇਸ਼ਨ ਇਵੇਂ ਦੀ ਆਪਾਂ ਕਿਸੇ ਵੀ ਨੈਟਵਰਕਿੰਗ ਸਾਈਟ ਦੇ ਉੱਪਰ ਸ਼ੇਅਰ ਨਹੀਂ ਕਰਨੀ ਹੁੰਦੀ। ਦੂਸਰਾ ਇਹ ਵੀ ਆਪਣਾ ਅਗਰ ਮੰਨ ਲਓ ਆਪਣਾ ਪੀਸੀ ਹੈ ਜਾਂ ਆਪਣਾ ਜੋ ਡਿਵਾਈਸ ਹੈ ਉਹ ਆਪਾਂ ਕਿਸੇ ਅਨਨੋਨ ਬੰਦੇ ਨੂੰ ਨਹੀਂ ਦੇਣਾ, ਮਤਲਬ ਆਪਾਂ ਸਿਰਫ ਜਿਹਨੂੰ ਆਪਾਂ ਜਾਣਦੇ ਹਾਂ ਜਿਹੜਾ ਆਪਣਾ ਅਥੋਰਾਈਜ਼ ਹੈ ਉਸ ਕੰਮ ਨੂੰ ਕਰਨ ਲਈ ਸਿਰਫ ਉਸੇ ਨੂੰ ਦੇਣਾ। ਜੇ ਆਪਾਂ ਕਦੇ ਰਿਪੇਅਰ ਕਰਾਉਣ ਦੀ ਵੀ ਲੋੜ ਪੈਂਦੀ ਹੈ ਤਾਂ ਪਹਿਲਾਂ ਆਪਾਂ ਆਪਣੀ ਜੋ ਇਨਫੋਰਮੇਸ਼ਨ ਸਾਰੀ ਆ ਉਸ ਡਿਵਾਈਸ ਦੇ ਵਿੱਚੋਂ ਸਾਰੀ ਕੱਢ ਲੈਣੀ ਚਾਹੀਦੀ ਆ। ਉਸ ਤੋਂ ਬਾਅਦ ਹੈ ਕਿ ਅਗਰ ਅਗਰ ਕੋਈ ਆਪਾਂ ਨੂੰ ਲੱਗਦਾ ਵੀ ਕਿਸ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਰਹੀ ਆ ਆਪਣੇ ਅਕਾਊਂਟ ਦੇ ਵਿੱਚ ਤਾਂ ਇਮੀਡੀਏਟਲੀ ਉਸ ਉਹਨਾਂ ਦੀ ਜੋ ਸਪੋਰਟ ਟੀਮ ਹੈ ਜੋ ਉਹਨਾਂ ਦੇ ਹੈਲਪਲਾਈਨ ਨੰਬਰ ਨੇ ਉੱਤੇ ਇਨਫੋਰਮ ਕਰਨਾ ਚਾਹੀਦਾ। ਆਪਾਂ ਨੂੰ ਅੱਛੇ ਡਿਵਾਈਸ ਯੂਜ਼ ਕਰਨੇ ਚਾਹੀਦੇ ਨੇ। ਉਸ ਤੋਂ ਬਾਅਦ ਹੈ ਜੋ ਓਪਨ ਸੋਰ ਲਾਇਸੈਂਸ ਸੋਫਟਵੇਅਰ ਹੁੰਦੇ ਨੇ ਆਪਾਂ ਨੂੰ ਉਹ ਯੂਜ਼ ਕਰਨੇ ਚਾਹੀਦੇ ਆ ਰੈਦਰ ਕਰੈਕਟ ਵਰਜਨ ਯੂਜ਼ ਕਰਨ ਨਾਲੋਂ। ਉਸ ਤੋਂ ਬਾਅਦ ਆਪਣੇ ਜੋ ਕੰਪਿਊਟਰ ਹੈ ਜਾਂ ਆਪਣਾ ਪੀਸੀ ਆ ਉਹਦੇ ਉੱਪਰ ਐਂਟੀਵਾਇਰਸ ਸੋਫਟਵੇਅਰ ਕੀਤਾ ਹੋਵੇ ਜਿਹੜਾ ਕਿ ਟਾਈਮ ਟੂ ਟਾਈਮ ਅਪਡੇਟ ਹੁੰਦਾ ਰਹੇ। ਸੋ ਇਹ ਕੁਛ ਗੱਲਾਂ ਨੇ ਜਿਹੜੀਆਂ ਆਪਾਂ ਨੂੰ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਨੇ। ਇਹਦੇ ਨਾਲ ਹੀ ਕੁਛ ਗੱਲਾਂ ਇਸ ਤਰ੍ਹਾਂ ਦੀਆਂ ਵੀ ਹੁੰਦੀਆਂ ਨੇ ਜਿਹੜੀਆਂ ਆਪਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ। ਸੋ ਉਹਦੇ ਵਿੱਚ ਵੀ ਕੁਛ ਗੱਲਾਂ ਨੇ ਆਪਾਂ ਨੂੰ ਕਦੇ ਵੀ ਆਪਣਾ ਜਿਹੜਾ ਪਾਸਵਰਡ ਹੈ ਉਹ ਕਿਸੇ ਦੂਸਰੇ ਨਾਲ ਸ਼ੇਅਰ ਨਹੀਂ ਕਰਨਾ ਚਾਹੀਦਾ, ਸਿਰਫ ਆਪਾਂ ਆਪਣੇ ਪੇਰੈਂਟਸ ਨਾਲ ਜਾਂ ਆਪਣੇ ਗਾਰਡੀਅਨ ਨਾਲ ਸ਼ੇਅਰ ਕਰ ਸਕਦੇ ਹਾਂ। ਆਪਣੀ ਜੋ ਪਾਰਟੀਕੁਲਰ ਇਨਫੋਰਮੇਸ਼ਨ ਹੈ ਆਪਣੇ ਆਪਣੇ ਐਡਰੈਸ ਬਾਰੇ, ਆਪਣੇ ਫੋਨ ਨੰਬਰ ਦਾ, ਸਕੂਲ ਬਾਰੇ, ਆਪਣਾ ਜੋ ਆਉਣ ਜਾਣ ਦਾ ਸ਼ਡਿਊਲ ਹੈ
ਉਹਦੇ ਬਾਰੇ ਕਿਸੇ ਵੀ ਅਨਨੋਨ ਪਰਸਨ ਦੇ ਨਾਲ ਆਪਾਂ ਸ਼ੇਅਰ ਨਹੀਂ ਕਰਨਾ। ਕਦੇ ਵੀ ਕੋਈ ਇਸ ਤਰ੍ਹਾਂ ਦੀ ਪੋਸਟ ਨਹੀਂ ਪਾਉਣੀ ਜਿਹਦੇ ਨਾਲ ਕਿਸੇ ਦੂਸਰੇ ਨੂੰ ਦੂਸਰੇ ਦੀਆਂ ਫੀਲਿੰਗਸ ਹਰਟ ਹੋਣ। ਸੋ ਆਪਣੀ ਜੋ ਫਰੈਂਡਸ ਬਾਰੇ ਕਦੇ ਕੋਈ ਇਨਫੋਰਮੇਸ਼ਨ ਆਪਾਂ ਨੂੰ ਇਸ ਤਰ੍ਹਾਂ ਅਨਨੋਨ ਸਾਈਟ ਦੇ ਉੱਪਰ ਨਹੀਂ ਸ਼ੇਅਰ ਕਰਨੀਆਂ ਹੁੰਦੀਆਂ। ਅਗਰ ਆਪਾਂ ਨੂੰ ਕਦੇ ਵੀ ਕੁਛ ਇਸ ਤਰ੍ਹਾਂ ਦਾ ਲੱਗਦਾ ਵੀ ਕੋਈ ਫੇਕ ਈਮੇਲਸ ਨੇ ਜਾਂ ਕੋਈ ਇਸ ਤਰ੍ਹਾਂ ਦੇ ਕੋਈ ਮੈਸੇਜਸ ਆਉਂਦੇ ਨੇ, ਤਾਂ ਆਪਾਂ ਉਹਨਾਂ ਨੂੰ ਰਿਸਪੋਂਡ ਨਹੀਂ ਕਰਨਾ। ਬਾਰ ਬਾਰ ਇਹ ਗੱਲ ਆਉਂਦੀ ਹੈ ਵੀ ਅਨਨੋਨ ਮੈਸੇਜਸ ਨੂੰ, ਅਨਨੋਨ ਈਮੇਲਸ ਨੂੰ ਆਪਾਂ ਰਿਸਪੋਂਡ ਨਹੀਂ ਕਰਨਾ ਹੁੰਦਾ। ਸੋ ਕਦੇ ਵੀ ਇਸ ਤਰ੍ਹਾਂ ਦੇ ਮੈਸੇਜਸ, ਕੋਈ ਇਸ ਤਰ੍ਹਾਂ ਦੇ ਰਿਊਮਰਸ ਜਿਨ੍ਹਾਂ ਦੇ ਸੋਰਸ ਬਾਰੇ ਆਪਾਂ ਨੂੰ ਪਤਾ ਹੀ ਨਹੀਂ, ਕੋਈ ਖਬਰ ਹੁੰਦੀ ਹੈ, ਕੋਈ ਅਫਵਾਹ ਜਿਹਨੂੰ ਆਪਾਂ ਕਹਿੰਦੇ ਹਾਂ, ਉਹਨੂੰ ਕਦੇ ਵੀ ਅੱਗੇ ਨਹੀਂ ਵਧਾਉਣਾ ਚਾਹੀਦਾ। ਸੋ ਬੜੀ ਵਾਰੀ ਇਵੇਂ ਹੋ ਜਾਂਦਾ ਵੀ ਕੋਈ ਇੱਕ ਨਿਊਜ਼ ਆਈ, ਆਪਾਂ ਉਹਦਾ ਸੋਰਸ ਵੀ ਨਹੀਂ ਵੇਖਦੇ ਵੀ ਕਿੱਥੋਂ ਆਈ ਹੈ ਨਿਊਜ਼, ਕਿਹਨੇ ਭੇਜੀ ਆ, ਇਹ ਵਾਕਈ ਸੱਚ ਹੈ ਵੀ ਜਾਂ ਨਹੀਂ, ਉਹਨੂੰ ਅੱਗੇ ਦੀ ਅੱਗੇ ਭੇਜਦੇ ਰਹਿੰਦੇ ਹਾਂ। ਉਹਦੇ ਲਈ ਬਹੁਤ ਤਰ੍ਹਾਂ ਦੇ ਨੁਕਸਾਨ ਹੋ ਸਕਦੇ ਅਤੇ ਉਹਦੇ ਕਰਕੇ ਆਪਣੇ ਖਿਲਾਫ ਕੇਸ ਵੀ ਹੋ ਸਕਦਾ ਅਗਰ ਉਹ ਫੇਕ ਇਨਫੋਰਮੇਸ਼ਨ ਹੋਈ ਤਾਂ। ਸੋ ਆਪਣੇ ਆਪਾਂ ਨੂੰ ਕਦੇ ਵੀ ਇਸ ਤਰ੍ਹਾਂ ਦੀ ਫੇਕ ਇਨਫੋਰਮੇਸ਼ਨ ਦੇ ਵਿੱਚ ਜਾਂ ਉਹਦੇ ਉਸ ਮੈਸੇਜ ਨੂੰ, ਫੇਕ ਇਨਫੋਰਮੇਸ਼ਨ ਨੂੰ ਅੱਗੇ ਫਾਰਵਰਡ ਕਰਨ ਦੇ ਵਿੱਚ ਆਪਣਾ ਹਿੱਸਾ ਨਹੀਂ ਬਣਨਾ ਚਾਹੀਦਾ। ਨੈਕਸਟ ਆਉਂਦਾ, ਕਦੇ ਵੀ ਆਪਣਾ ਜੋ ਅਕਾਊਂਟ ਹੈ ਉਹਨੂੰ ਆਪਾਂ ਲੌਗਇਨ ਕਰਕੇ ਜਾਂ ਮਤਲਬ ਇਸ ਤਰ੍ਹਾਂ ਅਨਅਟੈਂਡਡ ਉਹਨੂੰ ਛੱਡਣਾ ਨਹੀਂ ਚਾਹੀਦਾ। ਮੰਨ ਲਓ ਆਪਾਂ ਕਿਤੇ ਬਾਹਰ ਸਾਈਬਰ ਕੈਫੇ ਤੇ ਗਏ, ਉੱਥੇ ਆਪਾਂ ਨੂੰ ਲੌਗਇਨ ਕੀਤਾ ਈਮੇਲ ਤੇ ਉਸ ਤਰ੍ਹਾਂ ਹੀ ਛੱਡ ਕੇ ਆਪਾਂ ਆ ਗਏ। ਸੋ ਇਵੇਂ ਕਦੇ ਨਹੀਂ ਕਰਨਾ। ਜੇ ਆਪਾਂ ਉਹਨੂੰ ਲੌਗਇਨ ਕੀਤਾ ਤਾਂ ਉਹਨੂੰ ਲੌਗ ਆਊਟ ਕਰਨਾ ਜ਼ਰੂਰੀ ਹੈ। ਸੋ ਆਪਾਂ ਨੂੰ ਕਦੇ ਵੀ ਕਿਸੇ ਦੀਆਂ ਫੇਕ ਪ੍ਰੋਫਾਈਲ ਨਹੀਂ ਕ੍ਰੀਏਟ ਕਰਨੀ ਚਾਹੀਦੀ। ਕਿਸੇ ਦੇ ਵੀ ਜੋ ਆਪਣਾ ਜੋ ਪਰਸਨਲ ਡਿਵਾਈਸ ਹੈ ਉਹਨੂੰ ਆਪਾਂ ਸਿਰਫ ਪਰਸਨਲ USB ਜਾਂ ਜੋ ਆਪਣੀ ਹਾਰਡ ਡਰਾਈਵਸ ਨੇ ਉਹਨੂੰ ਪਬਲਿਕ ਨੈਟਵਰਕ ਤੇ ਯੂਜ਼ ਨਹੀਂ ਕਰਨਾ ਚਾਹੀਦਾ। ਆਪਣੀ ਜੋ ਡਿਵਾਈਸ ਹੈ ਜਾਂ ਆਪਣਾ ਜੋ ਸਟੋਰੇਜ ਡਿਵਾਈਸ ਨੇ ਉਹਦੇ ਵਿੱਚ ਆਪਣਾ ਮੈਮਰੀ ਕਾਰਡ ਹੋ ਗਿਆ ਜਾਂ ਆਪਣੀ ਹਾਰਡ ਡਿਸਕ ਹੋ ਗਈ, ਉਹਨੂੰ ਪਬਲਿਕ ਨੈਟਵਰਕ ਯੂਜ਼ ਨਹੀਂ ਕਰਨਾ ਚਾਹੀਦਾ। ਕਦੇ ਵੀ ਆਪਾਂ ਨੂੰ ਜੋ ਆਪਣੀ ਉਹਦੇ ਨਾਲ ਅਟੈਚਮੈਂਟਸ ਆਉਂਦੀ ਹੈ ਈਮੇਲ ਦੇ ਨਾਲ, ਅਗਰ ਕੋਈ ਇਸ ਤਰ੍ਹਾਂ ਦੀ ਅਟੈਚਮੈਂਟ ਹੈ ਜਿਹਦੇ 'ਚ EXE ਫਾਈਲ ਹੋ ਸਕਦੀ ਹੈ ਜਾਂ ਕੋਈ ਹੋਰ ਇਸ ਤਰ੍ਹਾਂ ਦੀਆਂ ਐਕਸਟੈਂਸ਼ਨ ਹੋ ਸਕਦੀ ਜਿਹਦਾ ਆਪਾਂ ਨੂੰ ਨਹੀਂ ਪਤਾ, ਉਹ ਆਪਾਂ ਨੂੰ ਕਦੇ ਵੀ ਡਾਊਨਲੋਡ ਨਹੀਂ ਕਰਨੀਆਂ ਚਾਹੀਦੀਆਂ। ਕਦੇ ਵੀ ਆਪਾਂ ਨੂੰ ਕੋਈ ਦੂਸਰੇ ਆਪਣੇ ਫਰੈਂਡਸ ਨੂੰ ਕੋਈ ਟੀਜ਼ ਕਰਨ ਵਾਲੇ ਜਾਂ ਕੋਈ ਉਹਨਾਂ ਨੂੰ ਚੜਾਉਣ ਵਾਲੇ ਜਾਂ ਉਹਨਾਂ ਨੂੰ ਦੁੱਖ ਪਹੁੰਚਾਉਣ ਵਾਲੇ ਇਵੇਂ ਦੇ ਮੈਸੇਜ ਕਦੇ ਵੀ ਨਹੀਂ ਪਾਉਣੇ ਚਾਹੀਦੇ। ਜੇ ਕੋਈ ਇਸ ਤਰ੍ਹਾਂ ਦੇ ਕਮੈਂਟ ਨਹੀਂ ਕਰਨੇ ਚਾਹੀਦੇ ਜਿਹਦੇ ਨਾਲ ਕੋਈ ਹੇਟਫੁਲ ਕਮੈਂਟ ਹੋਵੇ, ਉਹ ਆਪਾਂ ਨੂੰ ਨਾ ਕਿਸੇ ਫਰੈਂਡ ਦੇ ਪ੍ਰਤੀ, ਨਾ ਕਿਸੇ ਕਿਸੇ ਕਮਿਊਨਿਟੀ ਬਾਰੇ, ਨਾ ਕਿਸੇ ਰਿਲੀਜਨ ਬਾਰੇ ਕਦੇ ਵੀ ਕੁਛ ਇਸ ਤਰ੍ਹਾਂ ਦਾ ਪੋਸਟ ਨਹੀਂ ਕਰਨਾ ਚਾਹੀਦਾ ਜਿਹਦੇ ਨਾਲ ਦੂਸਰਿਆਂ ਨੂੰ ਦੁੱਖ ਲੱਗੇ। ਸੋ ਇਹਨਾਂ ਗੱਲਾਂ ਦਾ ਆਪਾਂ ਬਹੁਤ ਜ਼ਿਆਦਾ ਧਿਆਨ ਰੱਖਣਾ ਹੁੰਦਾ, ਕਿਉਂਕਿ ਅਗਰ ਆਪਾਂ ਇਹਨਾਂ ਗੱਲਾਂ ਦੀ ਪਾਲਣਾ ਨਹੀਂ ਕਰਦੇ ਤਾਂ ਜਿੱਥੇ ਆਪਣੇ ਅਕਾਊਂਟ ਨੂੰ ਖਤਰਾ, ਨਾਲ ਦੀ ਨਾਲ ਕ੍ਰਿਮੀਨਲ ਕੇਸਿਸ ਦਾ ਖਤਰਾ ਵੀ ਆਪਣੇ ਉੱਪਰ ਰਹਿੰਦਾ। ਸੋ ਇਹ ਗੱਲਾਂ, ਇਹ ਕੁਛ ਐਟੀਕੇਟਸ ਨੇ ਜਿਹੜੇ ਆਪਾਂ ਨੂੰ ਨੈੱਟ ਦੀ ਵਰਤੋਂ ਕਰਦੇ ਸਮੇਂ ਧਿਆਨ ਰੱਖਣੇ ਹੁੰਦੇ ਨੇ। ਸੋ ਇੱਕ ਬੜੀ ਇੰਪੋਰਟੈਂਟ ਗੱਲ ਹੈ ਇੱਥੇ ਜੋ ਮੈਂ ਬਾਰ ਬਾਰ ਹਾਈਲਾਈਟ ਕਰਨੀ ਚਾਹੁੰਦਾ, ਅਗਰ ਤੁਹਾਨੂੰ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਖਤਰਾ ਮਹਿਸੂਸ ਹੁੰਦਾ ਹੈ, ਕੋਈ ਤੁਹਾਨੂੰ ਲੱਗਦਾ ਕੋਈ ਬੁਲਿੰਗ ਹੋ ਰਹੀ ਹੈ, ਕੋਈ ਤੁਹਾਨੂੰ ਟੀਜ਼ਿੰਗ ਕਰ ਰਿਹਾ ਜਾਂ ਤੁਹਾਨੂੰ ਕੋਈ ਕਰ ਰਿਹਾ, ਕੋਈ ਥ੍ਰੈਟ ਹੈ ਤੁਹਾਨੂੰ ਜਾਂ ਕੋਈ ਤੁਹਾਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰ ਰਿਹਾ, ਤਾਂ ਤੁਸੀਂ ਇਮੀਡੀਏਟਲੀ ਤੁਹਾਡੇ ਟੀਚਰਸ ਨਾਲ ਜਾਂ ਤੁਹਾਡੇ ਪੇਰੈਂਟਸ ਨਾਲ ਜਾਂ ਤੁਹਾਡੇ ਫਰੈਂਡਸ ਨੇ ਜਿਹੜੇ ਤੁਹਾਡੇ ਟਰਸਟਡ ਫਰੈਂਡ ਹੈ, ਤੁਹਾਡਾ ਕੋਈ ਵੱਡਾ ਭੈਣ ਭਰਾ ਉਹਦੇ ਨਾਲ ਗੱਲ ਜ਼ਰੂਰ ਕਰੋ। ਇਸ ਗੱਲ ਪਿੱਛੇ ਘਬਰਾਉਣ ਦੀ ਲੋੜ ਨਹੀਂ ਹੁੰਦੀ, ਕੋਈ ਡਰਨ ਦੀ ਲੋੜ ਨਹੀਂ ਹੁੰਦੀ, ਕਿਉਂਕਿ ਅਗਰ ਤੁਸੀਂ ਕਿਸੇ ਪਰਸਨ ਦੇ ਬਲੈਕਮੇਲਿੰਗ ਦੇ ਵਿੱਚ ਇੱਕ ਵਾਰ ਆ ਗਏ ਤਾਂ ਉਹ ਅੱਗੇ ਦੀ ਅੱਗੇ ਤੁਹਾਨੂੰ ਬਲੈਕਮੇਲ ਕਰੀ ਜਾਣਾ ਉਹਨਾਂ ਨੇ ਕਰਦੇ ਰਹਿਣਾ, ਕਿਤੇ ਕਿ ਹੋਰ ਵਧੀ ਜਾਣਾ। ਸੋ ਬੀ ਕੇਅਰਫੁਲ, ਅਗਰ ਤੁਹਾਨੂੰ ਕਦੇ ਵੀ ਕੋਈ ਚੀਟਿੰਗ ਮਹਿਸੂਸ ਹੁੰਦੀ ਹੈ ਜਾਂ ਤੁਹਾਡੀ ਬੁਲਿੰਗ ਹੋ ਰਹੀ ਹੈ, ਤਾਂ ਇਮੀਡੀਏਟਲੀ ਤੁਹਾਡੇ ਪੇਰੈਂਟਸ ਨਾਲ, ਟੀਚਰਸ ਨਾਲ ਜਾਂ ਜੋ ਅੱਗੇ ਤੁਹਾਨੂੰ ਹੈਲਪਲਾਈਨ ਨੰਬਰ ਮੈਂ ਦੱਸਦਾ ਉਹਨਾਂ ਉੱਪਰ ਤੁਸੀਂ ਗੱਲ ਕਰ ਸਕਦੇ ਹੋ। ਰੈਦਰ ਆਪਦੇ ਆਪ ਕਿਸੇ ਨਾਲ ਡਿਸਕਸ਼ਨ ਦੇ ਵਿੱਚ ਜਾਂ ਆਰਗੂਮੈਂਟ ਨਹੀਂ ਕਰਨਾ ਚਾਹੀਦਾ। ਸੋ ਇੱਥੇ ਬੱਚਿਆਂ ਲਈ ਇੱਕ ਬਹੁਤ ਇੰਪੋਰਟੈਂਟ ਹੈਗੇ ਨੇ ਕੁਛ ਡਾਇਲ ਅਪ ਨੰਬਰ ਨੇ ਜਿਹੜੇ ਜਿਹਨਾਂ ਤੁਸੀਂ ਇਮੀਡੀਏਟਲੀ ਤੁਸੀਂ ਕਾਲ ਕਰ ਸਕਦੇ ਹੋ। 112 ਨੰਬਰ ਹੈ, ਇੱਕ cybercrime.gov.in ਦੀ ਵੈਬਸਾਈਟ ਹੈ। ਅਗਰ ਤੁਹਾਨੂੰ ਕਦੇ ਵੀ ਕੁਛ ਇਸ ਤਰ੍ਹਾਂ ਦਾ ਲੱਗਦਾ ਜਿਹਦੇ ਵਿੱਚ ਤੁਹਾਡਾ ਕੋਈ ਅਕਾਊਂਟ ਹੈਕ ਹੋਇਆ ਜਾਂ ਤੁਹਾਡੇ ਬਾਰੇ ਕੋਈ ਗਲਤ ਇਨਫੋਰਮੇਸ਼ਨ ਪੋਸਟ ਕਰ ਰਿਹਾ ਜਾਂ ਤੁਹਾਡਾ ਕੋਈ ਫੇਕ ਆਈਡੀ ਕਿਸੇ ਨੇ ਬਣਾਇਆ, ਤੁਸੀਂ ਇਸ ਵੈਬਸਾਈਟ ਦੇ ਉੱਪਰ ਜਾ ਕੇ ਕੰਪਲੇਂਟ ਕਰ ਸਕਦੇ ਹੋ। ਇਹ ਹੈਲਪਲਾਈਨ ਨੰਬਰ ਵੀ ਦਿੱਤੇ ਨੇ। ਇਸ ਦੇ ਨਾਲ ਹੀ ਇਹਨਾਂ ਨੇ ਇੱਕ ਮਤਲਬ ਟਵਿੱਟਰ, ਅਗਰ ਤੁਸੀਂ ਜਿਹੜੇ ਬੱਚੇ ਟਵਿੱਟਰ ਯੂਜ਼ ਕਰਦੇ ਨੇ ਉਹ ਸਾਈਬਰ ਦੋਸਤ ਦੇ ਵਿੱਚ ਨੂੰ ਆਪਣੇ ਜੋ ਫਰੈਂਡ ਦੇ ਵਿੱਚ ਐਡ ਕਰਕੇ ਜ਼ਰੂਰ ਰੱਖੋ, ਕਿਉਂਕਿ ਟਾਈਮ ਟੂ ਟਾਈਮ ਜੋ ਵੀ ਥ੍ਰੈਟ ਜਾਂ ਜੋ ਵੀ ਨੈਟਵਰਕ 'ਤੇ ਚੱਲ ਰਿਹਾ ਹੁੰਦਾ ਉਹਦੇ ਬਾਰੇ ਇਹ ਸਾਈਬਰ ਦੋਸਤ ਜੋ ਟਵਿੱਟਰ ਹੈਂਡਲਰ ਹੈ ਉਹ ਆਪਾਂ ਨੂੰ ਅਪਡੇਟ ਕਰਦੇ ਰਹਿੰਦੇ ਆ। ਸੋ ਇਹ ਕੁਛ ਵੈਬਸਾਈਟਸ ਵੀ ਇੱਥੇ ਦਿੱਤੀਆਂ ਹੋਈਆਂ ਨੇ, ਕੁਛ ਬੱਚਿਆਂ ਦੀ ਹੈਲਪਲਾਈਨ ਨੰਬਰ ਵੀ ਦਿੱਤੇ ਹੋਏ ਨੇ। ਜਿਸ ਤਰ੍ਹਾਂ ਇੱਕ ਹੈਲਪਲਾਈਨ ਨੰਬਰ ਹੈ 155-260।
ਇਹ ਨੰਬਰ ਬਹੁਤ ਇੰਪੋਰਟੈਂਟ, ਬੱਚੇ ਨੂੰ ਯਾਦ ਰਹਿਣਾ ਚਾਹੀਦਾ, ਉਹਨਾਂ ਦੇ ਪੇਰੈਂਟਸ ਨੂੰ ਵੀ ਪਤਾ ਹੋਣਾ ਚਾਹੀਦਾ, ਜਾਂ ਇਹ ਜੋ ਵੈਬਸਾਈਟ ਹੈ ਉਹ ਪਤਾ ਹੋਣੀ ਚਾਹੀਦੀ ਹੈ। ਸਿਮਿਲਰਲੀ ਹੈ ਇੱਕ ਜੋ ਆਪਣੇ 1098 ਹੈ, ਇਹ ਪਰਟੀਕੁਲਰ ਚਿਲਡਰਨ ਹੈਲਪਲਾਈਨ ਨੰਬਰ ਹੈ। ਸੋ ਅਗਰ ਕਦੇ ਵੀ ਕੁਛ ਲੱਗਦਾ ਤੁਸੀਂ ਇਹ ਵੈਬਸਾਈਟ 'ਤੇ ਜਾਂ ਜੋ ਇਹ ਹੈਲਪਲਾਈਨ ਨੰਬਰ ਹੈ ਉਹਨਾਂ 'ਤੇ ਕੰਟੈਕਟ ਕਰ ਸਕਦੇ ਹੋ। ਸਾਈਬਰ ਦੋਸਤ ਦੀ ਜੋ ਇੱਕ ਇਹਨਾਂ ਦੀ ਜੋ ਕ੍ਰਾਈਮ ਸਾਈਬਰ ਕ੍ਰਾਈਮ ਡੋਟ ਗੋਵ ਡੋਟ ਇਨ ਵੈਬਸਾਈਟ ਵੀ ਬਣੀ ਹੋਈ ਆ, ਉਹ ਵੀ ਸਿਰਫ ਤੇ ਸਿਰਫ ਇਹੀ ਉਹਨਾਂ ਦਾ ਪਰਪਸ ਹੈ ਕਿ ਅਗਰ ਕਿਸੇ ਨੂੰ ਕੋਈ ਸਾਈਬਰ ਥ੍ਰੈਟ ਆ ਜਾਂ ਕੋਈ ਸਾਈਬਰ ਸਿਕਿਉਰਿਟੀ ਰਿਗਾਰਡਿੰਗ ਕੋਈ ਪ੍ਰੋਬਲਮ ਹੈ ਤਾਂ ਆਪਾਂ ਇਸ ਵੈਬਸਾਈਟ ਤੇ ਕੰਟੈਕਟ ਕਰ ਸਕਦੇ। ਇਹ ਗਵਰਨਮੈਂਟ ਆਫ ਇੰਡੀਆ ਦੀ ਪਰਟੀਕੁਲਰ ਇਸ ਪਰਪਸ ਲਈ ਬਣਾਈ ਹੋਈ ਵੈਬਸਾਈਟ ਹੈ। ਸੋ ਇੱਕ ਟਵਿੱਟਰ ਹੈਂਡਲ ਹੈ ਸਾਈਬਰ ਦੋਸਤ ਦੇ ਨਾਂ ਤੇ, ਸਾਈਬਰ ਕ੍ਰਾਈਮ ਡੋਟ ਗੋਵ ਡੋਟ ਇਨ ਜੋ ਇੱਕ ਵੈਬਸਾਈਟ ਬਣਾਈ ਹੋਈ ਹੈ। ਜੇ ਅਗਰ ਕੁਝ ਵੀ ਹੁੰਦਾ ਤਾਂ ਇਹ ਐਨਾਲਾਈਜ਼ ਕਰਦੇ ਨੇ ਤਾਂ ਉਹਦਾ ਜੋ ਵੇ ਆਫ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕਰਦੇ। ਸੋ ਆਪਾਂ ਨੂੰ ਇਹਨਾਂ ਨੂੰ ਰਿਪੋਰਟ ਕਰਨਾ ਚਾਹੀਦਾ ਅਗਰ ਆਪਾਂ ਨੂੰ ਲੱਗਦਾ ਵੀ ਕਿਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੋਈ ਹੈ। ਜੋ ਸਾਈਬਰ ਦੋਸਤ ਆ ਉਹ ਟਾਈਮ ਟੂ ਟਾਈਮ ਆਪਾਂ ਨੂੰ ਅਪਡੇਟ ਕਰਦੇ ਰਹਿੰਦੇ ਨੇ ਵੀ ਕੀ ਕੀ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ, ਕੀ ਅੱਜ ਕੱਲ੍ਹ ਚੱਲ ਰਿਹਾ, ਕੀ ਨਵਾਂ ਥ੍ਰੈਟ ਆਇਆ। ਸੋ ਆਪਾਂ ਨੂੰ ਸਾਈਬਰ ਦੋਸਤ ਦੇ ਨੂੰ ਆਪਣੇ ਉਹਦੇ ਵਿੱਚ ਜ਼ਰੂਰ ਐਡ ਕਰਕੇ ਰੱਖਣਾ ਚਾਹੀਦਾ। ਸੋ ਐਂਡ ਦੇ ਵਿੱਚ ਬੱਚਿਆਂ ਦਾ, ਪੇਰੈਂਟਸ ਦਾ ਅਤੇ ਉਹਨਾਂ ਦੇ ਟੀਚਰਸ ਦਾ ਮੇਰੇ ਵੱਲੋਂ ਥੈਂਕਸ ਜੀ, ਧੰਨਵਾਦ ਸਾਰਿਆਂ ਦਾ। ਅਗਰ ਤੁਹਾਨੂੰ ਇਹ ਲੈਕਚਰ ਅੱਛਾ ਲੱਗਿਆ ਹੋਵੇ ਤਾਂ ਮੇਰੇ ਇਸ ਦਿੱਤੇ ਨੰਬਰ 'ਤੇ ਇੱਕ ਮੈਸੇਜ ਜ਼ਰੂਰ ਕਰਿਓ ਜੀ। ਥੈਂਕ ਯੂ, ਥੈਂਕਸ ਫੋਰ ਯੂਰ ਟਾਈਮ।